ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਢੱਲਾ। ਕਾਂਗਰਸ ਵੱਲੋਂ ਆਪਣਾ ਚੋਣ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਗਿਆ। ਹਾਲਾਂਕਿ ਪੂਰੇ ਮੁਲਕ ਦੇ ਵਿੱਚ ਇਹ ਵੀ ਬਹਿਸ ਹੈ ਕਿ ਚੋਣ ਘੋਸ਼ਣਾ ਪੱਤਰ ਕਾਨੂੰਨੀ ਦਸਤਾਵੇਜ਼ ਬਣਨੇ ਚਾਹੀਦੇ ਨੇ। ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਮਹਾਂਗਠਬੰਧਨ ਸੁਖਪਾਲ ਖਹਿਰਾ, ਸਿਮਰਜੀਤ ਬੈਂਸ ਇਹ ਮੰਗ ਕਰ ਚੁੱਕੇ ਨੇ। ਔਰ ਪੰਜਾਬ 'ਚ ਕਾਂਗਰਸ ਦੇ ਚੋਣ ਘੋਸ਼ਣਾ ਪੱਤਰ ਤੋਂ ਬਾਅਦ ਕਿੰਨੇ ਕੁ ਵਾਅਦੇ ਪੂਰੇ ਹੋਏ, ਕਿੰਨੇ ਕੁ ਨਹੀਂ, ਇਹ ਵੀ ਇੱਕ ਵੱਡਾ ਸਵਾਲ ਹੈ। ਪਰ ਰਾਹੁਲ ਗਾਂਧੀ ਦੇ ਚੋਣ ਘੋਸ਼ਣਾ ਪੱਤਰ ਦੀ ਖਾਸੀਅਤ ਇਹ ਰਹੀ ਕਿ ਜਦੋਂ ਇਹ ਜਾਰੀ ਕੀਤਾ ਗਿਆ ਤਾਂ ਡਾਕਟਰ ਮਨਮੋਹਨ ਸਿੰਘ ਨਾਲ ਬੈਠੇ ਸੀ, ਭਾਵ ਕਿ ਡਾਕਟਰ ਮਨਮੋਹਨ ਸਿੰਘ ਚੰਗੀ ਸੋਚ ਦੇ ਨਾਲ ਚੰਗੇ ਮੁੱਦਿਆਂ ਨੂੰ ਕਾਂਗਰਸ ਦੇ ਵਿੱਚ ਉਭਾਰ ਰਹੇ ਨੇ। ਕਾਂਗਰਸ ਨੇ ਜਿਹੜੀ ਵੱਡੀ ਗੱਲ ਕੀਤੀ ਕਿ ਜੇ ਸਰਕਾਰ ਸਾਡੀ ਆਈ ਤਾਂ 22 ਲੱਖ ਸਰਕਾਰੀ ਨੌਕਰੀਆਂ ਸਭ ਤੋਂ ਪਹਿਲਾਂ ਭਰਾਂਗੇ। ਬੇਰੁਜ਼ਗਾਰੀ ਨੂੰ ਇੱਕ ਵੱਡਾ ਮੁੱਦਾ ਕਾਂਗਰਸ ਨੇ ਬਣਾਇਆ। ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਲਈ ਵੱਖਰਾ ਖੇਤੀ ਬਜਟ ਆਏਗਾ। ਇਹ ਵੀ ਇੱਕ ਚੰਗਾ ਵਾਅਦਾ ਹੋ ਸਕਦਾ, ਇਹ ਵੀ ਇੱਕ ਚੰਗੀ ਗੱਲ ਡਿਬੇਟ ਕਰਨ ਲਈ ਹੋ ਸਕਦੀ ਹੈ। ਇਹਦੇ ਨਾਲ ਨਾਲ ਰਾਹੁਲ ਗਾਂਧੀ ਨੇ ਅੱਜ ਚੋਣ ਘੋਸ਼ਣਾ ਪੱਤਰ 'ਚ ਕਿਹਾ ਹੈ ਕਿ ਅਸੀਂ ਰੁਜ਼ਗਾਰ ਦੇ ਦਿਸ਼ਾ ਦੇ ਵਿੱਚ ਕੰਮ ਕਰਾਂਗੇ ਔਰ ਨੌਜਵਾਨਾਂ ਨੂੰ 3 ਸਾਲ ਕੋਈ ਵੀ ਕੰਮ ਬਿਨਾਂ ਮਨਜ਼ੂਰੀ ਤੋਂ ਕਰਨ ਦੀ ਖੁੱਲ੍ਹ ਦੇਵਾਂਗੇ। ਕਈ ਵੱਡੀਆਂ ਵੱਡੀਆਂ ਗੱਲਾਂ ਰਾਹੁਲ ਗਾਂਧੀ ਨੇ ਆਪਣੇ ਚੋਣ ਘੋਸ਼ਣਾ ਪੱਤਰ ਦੇ ਵਿੱਚ ਕੀਤੀਆਂ ਨੇ ਔਰ ਭਾਜਪਾ ਵੱਲੋਂ ਵਿਰੋਧ ਕਰ ਦਿੱਤਾ ਗਿਆ। ਇਸ ਚੋਣ ਘੋਸ਼ਣਾ ਪੱਤਰ ਦੀਆਂ ਕਈ ਮਦਾਂ ਨੂੰ ਲੈ ਕੇ ਭਾਜਪਾ ਨੇ ਆਪਣਾ ਵਿਰੋਧ ਕੀਤਾ। ਗੱਲ ਸੁਣ ਲਈਏ ਰਾਹੁਲ ਗਾਂਧੀ ਦੀ ਵੀ ਔਰ ਵਿਰੋਧੀ ਧਿਰ ਦੀ ਵੀ। ਦੇਖੋ, ਇਹੀ ਅਫਸੋਸ ਆ ਕਿ ਪੋਲੀਟੀਕਲ ਪਾਰਟੀਆਂ ਨੇ ਹਰ ਇਲੈਕਸ਼ਨ ਵਿੱਚ ਕੋਈ ਨਵਾਂ ਨਾਰਾ ਅਤੇ ਕੋਈ ਨਵਾਂ ਲਾਰਾ ਔਰ ਲੋਕਾਂ ਨੂੰ ਨਾਵਾਂ 'ਚ ਹੀ ਉਲਝਾ ਲੈਂਦੇ ਨੇ। ਰਾਹੁਲ ਗਾਂਧੀ ਜੀ ਨੇ ਜਿਹੜਾ ਹਮ ਨਿਭਾਏਂਗੇ ਨਾਰੇ ਵਾਅਦੇ, ਇਹ ਕੋਈ ਅੱਜ ਦੀ ਗੱਲ ਥੋੜ੍ਹੋ ਹੈਗੀ। ਇਹਨਾਂ ਦੇ ਦਾਦੀ ਜੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਇੱਕ ਵਾਰ ਇੱਕ ਇਲੈਕਸ਼ਨ ਗਰੀਬੀ ਹਟਾਓ ਦਾ ਨਾਰਾ ਲਾ ਕੇ ਜਿੱਤ ਲਈ ਸੀਗੀ। ਕਦੀ ਜੈ ਜਵਾਨ, ਕਦੀ ਜੈ ਕਿਸਾਨ, ਅਤੇ ਅੱਜ ਜਵਾਨ ਵੀ ਮਰ ਰਿਹਾ ਵਾ ਪੰਜਾਬ ਦਾ ਚਿੱਟੇ ਦੇ ਨਾਲ, ਅਤੇ ਕਿਸਾਨ ਵੀ ਆਤਮ ਹੱਤਿਆ ਕਰ ਰਿਹਾ, ਅਤੇ ਕਿੱਥੇ ਗਏ ਨਾਰੇ ਸਾਰੇ? ਇਸ ਲਈ ਮੈਨੂੰ ਨਹੀਂ ਲੱਗਦਾ ਕਿ ਰਾਹੁਲ ਗਾਂਧੀ ਜਿਹੜਾ 72,000 ਰੁਪਏ ਦਾ ਵਾਅਦਾ ਕਰ ਰਹੇ ਨੇ ਉਹ ਹਰ ਅਕਾਊਂਟ ਦੇ ਵਿੱਚ ਗਰੀਬਾਂ ਦੇ 25 ਕਰੋੜ ਪਰਿਵਾਰਾਂ ਨੂੰ ਦੇ ਸਕਣਗੇ। ਦੇਖੋ ਜੀ, ਬੜੀ ਸਪੱਸ਼ਟ ਗੱਲ ਆ, ਕਿਹਾ ਗਾ ਕਿ ਕਿਸਾਨਾਂ ਲਈ ਵੱਖਰਾ ਬਜਟ ਰੱਖਾਂਗੇ। ਇਸ ਤੋਂ ਪਹਿਲਾਂ ਕੀ ਕਹਿੰਦੀ ਹੁੰਦੀ ਸੀ ਕਾਂਗਰਸ ਪਾਰਟੀ ਵੀ ਕਿਸਾਨਾਂ ਦੇ ਲਈ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ। ਹੁਣ ਸਵਾਮੀਨਾਥਨ ਰਿਪੋਰਟ ਤੋਂ ਪਿੱਛੇ ਇੱਕ ਸਟੈਪ ਪਿੱਛੇ ਚਲੇ ਗਏ, ਕਹਿੰਦੇ ਕਿਸਾਨਾਂ ਲਈ ਬਜਟ ਸੈਪਰੇਟ ਰੱਖਾਂ। ਕਿੰਨਾ ਬਜਟ ਸੈਪਰੇਟ ਰੱਖਣਗੇ? ਉਹਦਾ ਪਿਟਾਰਾ ਹੈ। ਐਸਾ ਹੀ ਇੱਕ ਝੂਠਾ ਚੋਣ ਘੋਸ਼ਣਾ ਪੱਤਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਵਿੱਤਰ ਗੁਟਕਾ ਸਾਹਿਬ ਹੱਥ 'ਚ ਲੈ ਕੇ 2 ਸਾਲ ਪਹਿਲੇ ਮਨਮੋਹਨ ਸਿੰਘ ਜੀ ਦੀ ਪ੍ਰੈਜੈਂਸ ਸੀ, ਜੋ ਉਹਨਾਂ ਦੀ ਗਵਾਹੀ ਪਵਾ ਕੇ ਉਹ ਕੀਤਾ ਸੀ, ਅੱਜ ਉਹ ਸਾਰਾ ਝੂਠਾ ਸਾਬਤ ਹੋਇਆ। ਇਸ ਮੈਨੀਫੈਸਟੋ ਮੇ ਐਸੇ ਏਜੰਡਾਜ਼ ਹੈ ਜੋ ਦੇਸ਼ ਕੋ ਤੋੜਨੇ ਕਾ ਕਾਮ ਕਰਤੇ ਹੈ। ਕਿ ਕਾਂਗਰਸ ਜੋ ਹੈ ਜੁਮਲੋ ਕੀ ਪਾਰਟੀ ਨਹੀਂ ਹੈ, ਕਾਂਗਰਸ ਜੋ ਕਹਤੀ ਹੈ ਵੋ ਡਿਲੀਵਰ ਕਰਤੀ ਹੈ, ਔਰ ਇਸ ਲਈ ਇਸਕਾ ਜੋ ਹੈ ਸਲੋਗਨ ਹੈ ਵੀ ਵਿਲ ਡਿਲੀਵਰ ਔਰ ਹਮ ਨਿਭਾਏਂਗੇ। ਦੇਖੋ, ਕਾਂਗਰਸ ਦੇ ਮੈਨੀਫੈਸਟੋ ਨੂੰ ਮੈਂ ਥੋੜ੍ਹੇ ਸ਼ਬਦਾਂ ਦੇ ਵਿੱਚ ਜੇ ਕਹਿਣਾ ਹੋਵੇ ਤਾਂ ਇਹ ਕਹਿ ਸਕਦਾ ਕਿ ਦੇਸ਼ ਦੇ ਲੋਕਾਂ ਦੇ ਨਾਲ ਠੱਗੀ ਮਾਰਨ ਵਾਸਤੇ ਇੱਕ ਨਵੀਂ ਪ੍ਰੋਜੈਕਟ ਰਿਪੋਰਟ ਜਿਹੜੀ ਹੈ ਉਹ ਤਿਆਰ ਹੋਈ। ਸੋ ਪੋਲੀਟੀਕਲ ਮਾਹਰ ਸਟੂਡੀਓ ਦੇ ਵਿੱਚ ਮੌਜੂਦ ਨੇ, ਆਪਣੇ ਆਪਣੇ ਖੇਤਰ ਦੇ ਮਾਹਰ ਨੇ। ਜੀਵਨ ਧਵਨ ਸਾਹਿਬ ਉਦਯੋਗ ਨਾਲ ਸੰਬੰਧਿਤ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਿੰਗ ਨਾਲ, ਟਰੇਡ ਵਿੰਗ ਦੇ ਜਨਰਲ ਸਕੱਤਰ ਨੇ, PSC ਦੇ ਮੈਂਬਰ ਨੇ, ਸਵਾਗਤ ਹੈ ਜੀ। ਵਰੁਣ ਮਹਿਤਾ ਜੀ ਸ਼੍ਰੀ ਹਿੰਦੂ ਤਖ਼ਤ ਦੇ ਮੁੱਖ ਪ੍ਰਚਾਰਕ ਨੇ, ਕਾਂਗਰਸ ਨੂੰ ਸਮਰਥਨ ਕਰਦੇ ਨੇ। ਭਾਰਤ ਭੂਸ਼ਣ ਕੌਸ਼ਿਕ ਸਾਹਿਬ ਨੌਰਥ ਈਸਟ ਸੈੱਲ ਦੇ ਭਾਜਪਾ ਦੇ ਆਗੂ ਨੇ, ਔਰ ਸਾਡੇ ਨਾਲ ਮੌਜੂਦ ਨੇ ਸਿਕੰਦਰ ਸਿੰਘ ਔਜਲਾ ਸਾਹਿਬ ਜਿਹੜੇ ਕਿ ਪੰਜਾਬ ਏਕਤਾ ਪਾਰਟੀ ਦੇ ਮੀਤ ਪ੍ਰਧਾਨ ਨੇ ਜ਼ਿਲ੍ਹਾ ਲੁਧਿਆਣਾ ਦੇ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਔਜਲਾ ਸਾਹਿਬ। ਥੈਂਕ ਯੂ ਔਜਲਾ ਸਾਹਿਬ। ਤਵਨ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਲੈਣਾ ਚਾਹੂੰਗਾ, ਜਿਹੜੀਆਂ ਗੱਲਾਂ ਰਾਹੁਲ ਗਾਂਧੀ ਨੇ ਅੱਜ ਬਜਟ 'ਚ ਕੀਤੀਆਂ, ਤੁਹਾਡੀ ਭਾਈਵਾਲ ਪਾਰਟੀ ਆ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਨਹੀਂ ਆਈਆਂ, ਅਕਾਲੀ ਦਲ ਨੂੰ ਪਸੰਦ ਨੇ, ਬਜਟ ਕਿਵੇਂ ਲੱਗਿਆ? 72,000 ਦੀ ਗੱਲ ਕੀਤੀ, ਉਹ ਕਹਿੰਦੇ 2 ਕਰੋੜ ਨਹੀਂ, ਅਸੀਂ ਤਾਂ 22,000 ਅਸਾਮੀਆਂ ਪੂਰ ਕਰਨੀਆਂ ਨੇ। ਡਾਕਟਰ ਮਨਮੋਹਨ ਸਿੰਘ ਨਾਲ ਬੈਠੇ ਸੀ,
ਕਦੀ ਮੋਦੀ ਸਾਹਿਬ ਨਾਲ ਅਡਵਾਨੀ ਸਾਹਿਬ ਦੇਖੀ ਹੈ ਇਲੈਕਸ਼ਨ ਮੈਨੀਫੈਸਟੋ 'ਚ? ਦੇਖੋ, ਮੈਨੀਫੈਸਟੋ ਰਿਲੀਜ਼ ਕਰਨਾ ਹਰ ਪਾਰਟੀ ਦਾ ਆਪਣਾ ਆਪਣਾ ਹੱਕ ਆ। ਹਰ ਪਾਰਟੀ ਆਪਣਾ ਆਪਣਾ ਮੈਨੀਫੈਸਟੋ ਰਿਲੀਜ਼ ਕਰਦੀ ਹੈ। ਮੈਨੀਫੈਸਟੋ ਦੇ ਵਿੱਚ ਕੀ ਕਿਹਾ ਗਿਆ ਇਹਦੇ 'ਚ ਮੈਂ ਜ਼ਿਆਦਾ ਟਿੱਪਣੀ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਜੀ ਕਿ ਹਰ ਵਾਰ ਪਹਿਲਾਂ ਤਾਂ ਇਹ ਦੇਖਿਆ ਜਾਵੇ ਕਿ ਜਿਹੜੇ ਮੈਨੀਫੈਸਟੋ ਕਾਂਗਰਸ ਸਰਕਾਰ ਬਣਨ ਵੇਲੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ ਦਿੱਤਾ ਸੀ ਮੈਨੀਫੈਸਟੋ, ਕੇਂਦਰ ਤੇ ਆਜੋ, ਦੇਖੋ ਸਰਕਾਰ ਦੀ, ਮੈਂ ਕਾਂਗਰਸ ਸਰਕਾਰ ਨੇ ਸੈਂਟਰ ਦੇ ਵਿੱਚ ਹੀ ਬਹਿ ਕੇ ਮੈਨੀਫੈਸਟੋ ਬਣਾਇਆ ਸੀ। ਮੈਂ ਕੇਂਦਰ ਤੇ ਆਉਂਦਾ ਜੀ, ਮੈਨੂੰ ਅਕਾਲੀ ਕਿਆ 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 ਉਹ ਮੈਨੀਫੈਸਟੋ ਦੀ ਇੱਕ ਵੀ ਜਿਹੜੀ ਮਦ ਹੈਗੀ ਆ ਉਹ ਕਦੀ ਪੂਰਕ ਹੋਈ ਹੈ ਪੰਜਾਬ ਦੇ ਵਿੱਚ? ਮੈਂ ਹੁੰਦੇ 2014 ਤੋਂ ਪਹਿਲਾਂ ਮਨਮੋਹਨ ਸਿੰਘ ਨੇ ਨਰੇਗਾ ਕਿਹਾ ਸੀ, ਅਰੁਣ ਜੇਤਲੀ ਸਾਹਿਬ ਨੇ ਮਜ਼ਾਕ ਉਡਾਇਆ ਸੀ ਨਰੇਗਾ, ਅੱਜ ਭਾਜਪਾ ਵੀ ਚਲੋ। ਦੇਖੋ ਡਾਕਟਰ ਸਾਹਿਬ, ਮੈਂ ਜਿਹੜੀ ਗੱਲ ਕਰ ਰਿਹਾ ਮੈਂ ਤਾਂ ਤੁਹਾਨੂੰ ਪੂਰੀ ਗੱਲ ਉਸਦੇ ਲੈ ਕੇ ਆ ਰਿਹਾ। ਇਹਨਾਂ ਨੇ ਕਿਹਾ ਜੀ ਅਸੀਂ 72,000 ਰੁਪਇਆ ਦੇਵਾਂਗੇ, ਇਹ ਆਪਸ 'ਚ ਹੀ ਹਜੇ ਇੰਨੇ ਉਲਝੇ ਪਏ ਆ। ਇਹਨਾਂ ਦੇ ਪਾਰਟੀ ਸਪੋਕਸਪਰਸਨ ਸੁਰਜੇਵਾਲਾ ਸਾਹਿਬ ਕੁਛ ਹੋਰ ਬਿਆਨ ਦਿੰਦੇ ਆ, ਪ੍ਰਧਾਨ ਰਾਹੁਲ ਗਾਂਧੀ ਜੀ ਕੁਛ ਹੋਰ ਬਿਆਨ ਦਿੰਦੇ ਆ। ਉਹ ਇਹ ਕਹਿੰਦੇ ਆ ਕਿ ਮੈਂ ਰੁਪਈਆ ਇੱਥੋਂ ਕੱਢ ਕੇ ਲਿਆਊਂਗਾ। ਉਹ ਕਹਿੰਦੇ ਅਸੀਂ ਕੋਈ ਟੈਕਸ ਪੇਅਰ, ਸੁਰਜੇਵਾਲਾ ਸਾਹਿਬ ਦਾ ਕੱਲ੍ਹ ਹੀ ਮੈਂ ਬਿਆਨ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਮੈਂ ਕਿਸੇ ਵੀ ਟੈਕਸ ਪੇਅਰ ਤੋਂ ਅਸੀਂ ਜਿਹੜਾ ਮੈਂ ਪ੍ਰੋਮਿਸ ਕਰਦਾ ਇਹਨੇ ਪ੍ਰੈਸ ਕਾਨਫਰੰਸ ਹੀ ਸੈਡ ਇਟ ਕਿ ਮੈਂ ਪ੍ਰੋਮਿਸ ਕਰਦਾ ਪਹਿਲਾਂ ਮੈਂ ਨੌਕਰੀਆਂ ਟੋਟਲ 22 ਲੱਖ ਨੌਕਰੀਆਂ ਜਿਹੜੀਆਂ ਉਹ ਕਹਿ ਰਹੇ ਆ ਸਰਕਾਰੀ ਸੈਂਟਰਲ ਗਵਰਨਮੈਂਟ ਦੇ ਖਾਤਿਆਂ ਦੇ ਵਿੱਚ ਇਸ ਵਕਤ ਖਾਲੀ ਪਈਆਂ। ਉਹ ਸਰਕਾਰੀ ਨੌਕਰੀਆਂ, ਕਿਉਂਕਿ ਹੁਣ ਜਿੱਦਾਂ ਜਿੱਦਾਂ ਬੰਦੇ ਰਿਟਾਇਰ ਹੋ ਰਹੀ ਜਾ ਰਹੇ ਆ ਕਿ ਉਸ ਤੋਂ ਬਾਅਦ ਕੁਛ ਐਸਾ ਪ੍ਰੋਸੈਸ ਚੱਲ ਰਿਹਾ ਸੀ ਕਿ ਨੌਕਰੀਆਂ ਭਰੀਆਂ ਨਹੀਂ ਜਾ ਰਹੀਆਂ ਸੀ। ਅੱਛਾ, ਇੰਨੇ ਸਾਲਾਂ ਦਾ ਪ੍ਰੋਸੈਸ ਹੀ ਚੱਲੀ ਜਾਂਦਾ? ਨਹੀਂ ਨਹੀਂ, ਸਰਦਾਰ ਮਨਮੋਹਨ ਸਿੰਘ ਵੇਲੇ ਵੀ ਨਹੀਂ ਕੋਈ ਭਰੀਆਂ ਗਈਆਂ, ਤੁਸੀਂ ਪਿਛਲੀ ਸਰਕਾਰ ਦੇਖ ਲਓ, ਉਸ ਵੇਲੇ ਨਹੀਂ ਭਰੀਆਂ ਜਾ ਰਹੀਆਂ ਸੀ। ਇੱਕ ਪੋਲਿਸੀ ਬਣੀ ਸੀ, ਮੈਂ ਤਾਂ ਬਹੁਤ ਡਿਪਾਰਟਮੈਂਟਾਂ 'ਚ ਦੇਖਿਆ ਉਸ ਵੇਲੇ ਡਿਪਾਰਟਮੈਂਟ ਵਿਚਾਰ, ਕਿਉਂਕਿ ਉਦੋਂ ਇਹ ਚਾਹੁੰਦੇ ਸੀ ਕਿ ਅਸੀਂ ਕੰਪਿਊਟਰਾਈਜੇਸ਼ਨ ਕਰ ਰਹੇ ਹਾਂ, ਕੰਪਿਊਟਰਾਈਜੇਸ਼ਨ ਨਾਲ ਹੋ ਸਕਦਾ ਕਿ ਸਾਨੂੰ ਮੈਨ ਪਾਵਰ ਦੀ ਜ਼ਰੂਰਤ ਹੀ ਨਾ ਰਹੇ। ਲੇਟਰ ਔਨ ਦੇ ਰਿਲਾਈਜ਼ ਕਿ ਕੰਪਿਊਟਰ ਦੇ ਨਾਲ ਵੀ ਤਾਂ ਬੰਦਿਆਂ ਨੇ ਚਲਾਉਣਾ ਨਾ ਜੀ, ਅਤੇ ਉਹ ਚੱਕਰ ਦੇ ਵਿੱਚ ਅੱਜ ਸਰਕਾਰ ਦੇ ਵਿੱਚ ਵੀ ਚਾਹੀਦਾ ਅੱਜ ਕੱਲ੍ਹ ਦਾ ਕੰਪਿਊਟਰ ਦੀ ਰਾਖੀ ਲਈ। ਤੁਹਾਡਾ ਹੁਣ ਮੈਂ ਰਿਐਕਸ਼ਨ ਲਊਗਾ, ਤੁਹਾਡਾ ਰਿਐਕਸ਼ਨ ਲਊਗਾ ਕਾਂਗਰਸ ਦੀ ਟਿੱਪਣੀ ਕੀ ਹੈ, ਕਾਂਗਰਸ ਦਾ ਜਿਹੜਾ ਇਹ ਆਇਆ, ਤੁਹਾਡੀ ਟਿੱਪਣੀ ਕੀ ਹੈ ਇਹਦੇ 'ਤੇ? ਡੱਲਾ ਜੀ, ਸਾਫ਼ ਲਫ਼ਜ਼ਾਂ 'ਚ ਪੂਰੇ ਦੇਸ਼ ਦੀ ਜਨਤਾ ਨੇ ਇਹ ਦੇਖ ਲਿਆ ਕਿ ਰਾਹੁਲ ਗਾਂਧੀ ਨੇ ਜਿੱਥੇ ਚੋਣ ਮੈਨੀਫੈਸਟੋ ਜਾਰੀ ਕੀਤਾ ਬੜਾ ਪਾਰਦਰਸ਼ੀ ਔਰ ਉਹੀ ਗੱਲਾਂ ਕਹੀਆਂ ਜਿਹੜੀਆਂ ਮੁਕੰਮਲ ਤੌਰ 'ਤੇ ਪੂਰੀਆਂ ਹੋ ਸਕਦੀਆਂ। ਬੀਜੇਪੀ ਵੱਲੋਂ 2014 ਦਾ ਉਰਾ ਨਹੀਂ ਦਿਖਾਇਆ ਕਿ 2-2 ਕਰੋੜ ਨੌਕਰੀਆਂ ਦੇ ਦਾਂਗੇ, 15-15 ਲੱਖ ਗ੍ਰਾਮ ਪੰਚਾਇਤ। ਮੈਂ ਉਹੀ ਗੱਲ ਦੱਸਣ ਲੱਗਾ, ਉਹਨਾਂ ਨੇ ਪਹਿਲਾਂ ਹੀ ਕਿਹਾ ਕਿ 2020 ਇਹ ਨਹੀਂ ਕਿ 2019 ਆਉਂਦੇ ਸਰ, ਦੇਖੋ ਇੱਕ ਟਾਈਮ ਲੱਗਦਾ ਸਰਕਾਰ ਨੂੰ, ਜਿੰਨਾ 5 ਸਾਲ 'ਚ ਮੋਦੀ ਜੀ ਨੇ ਬੇੜਾ ਗਰਕ ਕੀਤਾ ਉਹਨੂੰ ਸਾਂਭਣ ਨੂੰ ਥੋੜ੍ਹਾ ਟਾਈਮ ਲੱਗਣਾ। 2020 ਦੇ ਵਿੱਚ ਜਿਹੜੀ 4 ਲੱਖ ਪੋਸਟਾਂ ਭਾਰਤ ਸਰਕਾਰ ਦੇ ਅੰਦਰ ਜਿਹੜੀਆਂ ਕੇਂਦਰ ਸਰਕਾਰ ਦੀਆਂ ਖਾਲੀ ਪਈਆਂ ਉਹਨਾਂ ਨੂੰ ਭਰਾਂਗੇ, ਉਸ ਤੋਂ ਬਾਅਦ 20 ਲੱਖ ਐਸੀ ਪੋਸਟਾਂ ਜਿਹੜੀਆਂ ਸਟੇਟ ਦੇ ਅੰਦਰ ਖਾਲੀ ਪਈਆਂ ਨੇ, ਉਹ ਕਹਿੰਦੇ ਸਾਰੀਆਂ ਸਟੇਟਾਂ ਨੂੰ ਜੁਆਇੰਟ ਐਕਸ਼ਨ 'ਤੇ ਲੈ ਕੇ ਆਵਾਂਗੇ ਵੀ ਉਹ ਵੀ 20 ਲੱਖ ਅਹੁਦਿਆਂ ਨੂੰ ਭਰਿਆ ਜਾਵੇ। ਉਸ ਤੋਂ ਬਾਅਦ 10 ਲੱਖ ਜਿਹੜੇ ਮਿਊਂਸੀਪਲ ਕਾਰਪੋਰੇਸ਼ਨ, ਮਿਊਂਸੀਪਲ ਕੌਂਸਲ, ਨਗਰ ਪੰਚਾਇਤਾਂ ਨੇ ਉਹਨਾਂ ਦੇ ਵਿੱਚ ਸੇਵਾ ਮਿੱਤਰ ਬਣਾਏ ਜਾਣਗੇ। 34 ਲੱਖ ਬੰਦੇ ਨੂੰ ਸਿੱਧੇ ਤੌਰ 'ਤੇ ਰੁਜ਼ਗਾਰ ਮਿਲੇਗਾ ਸਰਕਾਰੀ ਨੌਕਰੀਆਂ ਦਾ। ਉਹਦੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈ ਕਿ ਜਿੱਥੇ ਪ੍ਰਾਈਵੇਟ ਸੈਕਟਰ ਹੈ, ਅਸੀਂ ਪ੍ਰਾਈਵੇਟ ਸੈਕਟਰ ਦੇ ਅੰਦਰ ਖਾਸ ਤੌਰ 'ਤੇ ਜਿਹੜੇ ਲੋਕ ਲੇਡੀਜ਼ ਨੂੰ ਪ੍ਰਮੋਟ ਕਰਨਗੇ, ਲੇਡੀਜ਼ ਨੂੰ ਆਪਣੇ ਉੱਥੇ ਰੁਜ਼ਗਾਰ ਦੇਣਗੇ, ਉਹ ਇੰਸਟੀਟਿਊਸ਼ਨ ਨੂੰ ਕਿਤੇ ਨਾ ਕਿਤੇ ਸਰਕਾਰੀ ਤੌਰ 'ਤੇ ਜਿੰਨੀ ਵੀ ਮਦਦ ਜਾਂ ਰਿਆਇਤ ਹੈ ਉਹਨੂੰ ਦੇਣ ਦਾ ਮੁਕੰਮਲ ਪ੍ਰਬੰਧ ਕਰਾਂਗੇ। ਕਿਸਾਨਾਂ ਲਈ ਵੱਖਰੇ ਬਜਟ ਦੀ ਗੱਲ ਵੀ ਹੋਈ ਹੈ, ਔਰ ਪਹਿਲੀ ਵਾਰੀ ਕਿਸਾਨ ਆਯੋਗ ਬਣਾਉਣ ਦੀ ਉਹਨਾਂ ਨੇ ਗੱਲ ਕਹੀ ਹੈ ਕਿ ਜਿੱਥੇ ਤੱਕ, ਔਰ ਦੇਖੋ ਇੱਕ ਚੀਜ਼ ਨਹੀਂ ਹੈ ਕਿ ਕਿਸਾਨਾਂ ਦੇ ਕਰਜ਼ੇ ਮਾਫ਼ੀ ਨੂੰ ਜਾਂ ਕਿਸਾਨਾਂ ਦੀ ਖੁਦਕੁਸ਼ੀ ਨੂੰ, ਉਹਨਾਂ ਨੇ ਲੈ ਕੇ ਇੱਕ ਗੱਲ ਕਹੀ ਹੈ ਕਿ ਅਸੀਂ ਕਿਸਾਨਾਂ ਦੀ ਖੁਦਕੁਸ਼ੀ ਔਰ ਕਿਸਾਨਾਂ ਦੇ ਕਰਜ਼ੇ ਤੋਂ ਇਲਾਵਾ ਐਸਾ ਪ੍ਰਬੰਧ ਕਰਾਂਗੇ ਕਿ
ਕਿ ਨਾ ਤਾਂ ਕਿਸਾਨ ਖੁਦਕੁਸ਼ੀ ਕਰੇ ਨਾ ਹੀ ਕਰਜ਼ੇ ਦੀ ਮਾਰ ਝੱਲਣੀ ਪਵੇ। ਚਲੋ ਵੈਸੇ ਕਈ ਗੱਲਾਂ ਬੜੀਆਂ ਹੈਰਾਨੀਜਨਕ ਵੀ ਕੀਤੀਆਂ ਨੇ ਕਿ ਜੇ ਕਿਸਾਨ ਕਰਜ਼ਾ ਮਾਫ਼ ਨਹੀਂ ਕਰ ਸਕਦਾ ਤਾਂ ਕ੍ਰਿਮੀਨਲ ਅਫੈਂਸ ਨਹੀਂ ਹੋਏਗਾ, ਉਹ ਅਪਰਾਧਿਕ ਮੁਕੱਦਮਾ ਨਹੀਂ ਦਰਜ ਹੋਏਗਾ, ਸਿਵਲ ਕੇਸ ਹੀ ਉਹਦੇ 'ਤੇ ਚੱਲ ਸਕਦਾ। ਮੈਨੂੰ ਲੱਗਦਾ ਕਿਸਾਨ ਜੇਲ੍ਹ ਨਹੀਂ ਜਾਊਗਾ, ਇੱਕ ਬੜੀ ਮੈਨੂੰ ਲੱਗਦਾ ਕਿ ਇਹ ਚੰਗੀ ਗੱਲ ਕੀਤੀ ਹੈ, ਕਿਸਾਨਾਂ ਦੀ ਮੰਗ ਵੀ ਹੋਣੀ ਹੈ। ਤੁਹਾਡਾ ਬੀਜੇਪੀ ਦਾ ਵੈਸੇ ਜੇਟਲੀ ਸਾਹਿਬ ਦਾ ਤਾਂ ਰਿਐਕਸ਼ਨ ਸੁਣ ਲਿਆ, ਉਹ ਤਾਂ ਕਹਿੰਦੇ ਕਿ ਇਹ ਦੇਸ਼ ਦੇ ਵਿਰੋਧੀ ਲੋਕਾਂ ਨੂੰ ਹਵਾ ਦੇ ਰਹੀ ਕਾਂਗਰਸ। ਤੁਹਾਡਾ ਕੀ ਸਟੈਂਡ ਹੈ ਇਸ ਪੂਰੇ ਬਜਟ 'ਤੇ? ਪਹਿਲਾਂ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਵੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦਾ ਪੱਖ ਰੱਖਣ ਦਾ ਤੁਸੀਂ ਮੌਕਾ ਦੇ ਰਹੇ ਹੋ। ਮੈਂ ਇਹਨਾਂ ਦੀ ਗੱਲ ਸੁਣ ਰਿਹਾ ਸੀ, ਇਹਨਾਂ ਨੇ ਮੈਨੀਫੈਸਟੋ ਨੂੰ ਬੜੇ ਆਪਣੇ ਜਿਹੜੇ ਪਰਸਨਲ ਚਸ਼ਮੇ ਨਾਲ ਦੇਖਿਆ। ਉਹਨਾਂ ਨੇ ਚਾਰ ਪੰਜ ਗੱਲਾਂ ਕੀਤੀਆਂ ਨੇ। ਉਹਨੇ ਕਿਹਾ ਜੀ 72,000 ਰੁਪਇਆ ਅਸੀਂ ਦੇਵਾਂਗੇ। ਇਹਦੇ 'ਤੇ ਜੇ ਐੱਨ ਯੂ ਦੇ ਪ੍ਰੋਫੈਸਰ ਹੈਗੇ ਡਾਕਟਰ ਬਲਹੋਤਰਾ, ਉਹਨਾਂ ਨੇ ਇਹ ਗੱਲ ਕਹੀ ਹੈ ਵੀ 5 ਸਾਲ ਪੂਰੇ ਹੋਣ ਤੋਂ ਬਾਅਦ ਤੱਕ ਵੀ ਕੋਈ ਇਸ ਤਰ੍ਹਾਂ ਦੇ ਰਿਸੋਰਸਿਸ ਨਹੀਂ ਹੈ ਬਿਨਾਂ ਟੈਕਸ ਲਗਾਏ ਵੀ ਜਿਹੜੇ ਅਸੀਂ 72,000 ਰੁਪਇਆ ਪਰ ਮੰਥ ਅਸੀਂ ਕਿਸੇ ਨੂੰ ਦੇ ਸਕੀਏ ਜੀ। ਪਰ ਈਅਰ ਜੋ ਵੀ ਹੈ, 5 ਸਾਲ ਪੂਰੇ ਹੋਣ ਤੋਂ ਬਾਅਦ ਵੀ ਨਹੀਂ ਕਹਿੰਦੇ ਦੇ ਪਾਵਾਂਗੇ। 5,000-6,000 ਰੁਪਇਆ ਮਹੀਨਾ ਜੋ ਵੀ ਤੁਸੀਂ ਉਹਨੂੰ ਮਿਨੀਮਮ ਇਨਕਮ ਦੀ ਗੱਲ ਕਰਦੇ ਹੋ, 12,000 ਕਿਹਦੇ ਹਵਾਲੇ ਨਾਲ ਕਹਿ ਰਹੇ ਹੋ? ਇਹ ਡਾਕਟਰ ਆਪਣਾ ਡਾਕਟਰ ਮਲਹੋਤਰਾ ਨੇ ਜੀ, JNU ਦੇ ਇਕਨੋਮਿਸਟ ਦੇ ਪ੍ਰੋਫੈਸਰ ਨੇ, JNU ਦੇ। ਪਰ ਡਾਕਟਰ ਮਨਮੋਹਨ ਸਿੰਘ ਜਿਹੜਾ ਡਾਕਟਰ ਮਨਮੋਹਨ ਸਿੰਘ ਜਿਹੜੀ ਪਾਲਿਸੀ ਬਣਾਉਂਦਾ, ਕੀ ਉਹ 'ਤੇ ਸਵਾਲ ਖੜਾ ਹੋ ਸਕਦਾ? ਬਿਲਕੁਲ, ਮੈਂ ਡਾਕਟਰ ਸਾਹਿਬ ਦੀ ਗੱਲ ਵੀ ਕਰਨ ਲੱਗਾ ਸੀਗਾ। ਡਾਕਟਰ ਸਾਹਿਬ ਨੂੰ ਪੁੱਛ ਕੇ ਇਹਨਾਂ ਨੇ ਪੰਜਾਬ ਦਾ ਮੈਨੀਫੈਸਟੋ ਬਣਾਇਆ ਸੀ, ਪੰਜਾਬ ਦੀ ਗੱਲ ਕਰਨ ਨੂੰ ਤੁਸੀਂ ਮਨਾ ਕੀਤਾ, ਪਰ ਡਾਕਟਰ ਸਾਹਿਬ ਦਾ ਹਵਾਲਾ ਦੇਣਾ ਚਾਹਾਂਗੇ। ਇਹਨੇ ਕਿਹਾ ਸੀ 2,500 ਰੁਪਈਆ ਅਸੀਂ ਬੇਰੁਜ਼ਗਾਰੀ ਭੱਤਾ ਦੇਵਾਂਗੇ, ਸਮਾਰਟਫੋਨ ਦੇਵਾਂਗੇ, ਅਸੀਂ ਹਰ ਘਰ 'ਚ ਨੌਕਰੀ ਦੇਵਾਂਗੇ। ਉਹ ਡਾਕਟਰ ਸਾਹਿਬ ਨੇ ਜਿਹਨੂੰ ਕਹਿੰਦੇ ਆ ਵੀ ਉਸ ਚੀਜ਼ ਨੂੰ ਮੈਨੀਫੈਸਟੋ ਤਿਆਰ ਕੀਤਾ ਸੀਗਾ, ਲੇਕਿਨ ਉਹ ਹਜੇ ਤੱਕ ਨਹੀਂ ਬਣਿਆ। ਮਨਮੋਹਨ ਸਿੰਘ ਨਹੀਂ ਸੀ, ਉਹ ਕੈਪਟਨ ਅਮਰਿੰਦਰ ਮੁੱਖ ਮੰਤਰੀ ਹੈ। ਜੇ ਮਨਮੋਹਨ ਸਿੰਘ ਹੁੰਦਾ ਤਾਂ ਜ਼ਰੂਰ ਦੇ ਦੇਣਾ ਸੀ, ਮੈਂ ਵੀ ਕਹਿੰਦਾ, ਜੇ ਮਨਮੋਹਨ ਸਿੰਘ ਹੁੰਦਾ ਪੰਜਾਬ 'ਚ ਮੁੱਖ ਮੰਤਰੀ ਤਾਂ ਉਹਨੇ ਦੇ ਦੇਣਾ ਸੀ। ਚਲੋ ਜੇ ਕੇਂਦਰ 'ਚ ਮਨਮੋਹਨ ਸਿੰਘ ਆਊਗਾ ਤਾਂ ਉਹ ਜ਼ਰੂਰ ਦੇ ਦੂਗਾ। ਹਾਂਜੀ, ਤੁਹਾਡੀ ਟਿੱਪਣੀ ਜੀ, ਪੰਜਾਬ ਏਕਤਾ ਪਾਰਟੀ ਨੂੰ ਕਿੱਦਾਂ ਦਾ ਲੱਗਿਆ ਹੈ? ਦੇਖੋ, ਜਿਹੜਾ ਮੈਨੀਫੈਸਟੋ ਆ, ਤੇ ਪਹਿਲਾਂ ਪੰਜਾਬ ਤੁਸੀਂ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਵੀ ਕੀਤਾ ਸੀ। ਉਸ ਤੋਂ ਪਹਿਲਾਂ ਮੋਦੀ ਜੀ ਨੇ 2014 'ਚ ਮੈਨੀਫੈਸਟੋ ਬਣਾਇਆ ਸੀ, ਉਹ ਸਾਰੇ ਜੁਮਲੇ ਸ਼ਬਦ ਹੋਏ ਆ, ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਸੋ ਹੁਣ ਅਗਰ ਜਦੋਂ ਇਹ ਲਾਗੂ ਕਰਨਗੇ ਉਦੋਂ ਦੇਖਾਂਗੇ ਕਿ ਲਾਗੂ ਕਰ ਪਾਉਂਦੇ ਆ ਨਹੀਂ ਪਾਉਂਦੇ। ਘੱਟੋ ਘੱਟ ਕਿਸਾਨਾਂ ਦੇ ਬਜਟ ਦੀ ਗੱਲ ਤੁਰੀ ਹੈ, ਘੱਟੋ ਘੱਟ ਇਹ ਗੱਲ ਤੁਰੀ ਹੈ। ਅੱਜ ਲੋਕਾਂ ਨੂੰ ਪਤਾ ਲੱਗ ਗਿਆ ਕਿ ਦੇਸ਼ 'ਚ 22 ਲੱਖ ਸਰਕਾਰੀ ਨੌਕਰੀਆਂ ਖਾਲੀ ਪਈਆਂ ਨੇ। ਲੋਕ ਦੇਸ਼ 'ਚ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਸਿੱਖਿਆ ਦਾ ਬਜਟ 6% ਹੋਣਾ ਚਾਹੀਦਾ ਕੁੱਲ ਬਜਟ ਦਾ, ਜਿਹੜਾ 6% ਤੋਂ ਵੀ ਘੱਟ ਚੱਲ ਗਿਆ, ਪਿਛਲੀ ਮਨਮੋਹਨ ਸਰਕਾਰ ਤੋਂ ਵੀ ਘੱਟ ਚੱਲ ਗਿਆ। ਅੱਜ ਘੱਟੋ ਘੱਟ ਇਹ ਗੱਲ ਤੁਰ ਗਈ ਕਿ ਅਸੀਂ 3 ਸਾਲ ਜਿਹੜੇ ਸਾਡੇ ਨੌਜਵਾਨ ਹੈ ਉਹ ਕੋਈ ਵੀ ਆਪਣਾ ਕੰਮ ਕਰ ਸਕਣਗੇ, ਉਹਨਾਂ ਨੂੰ ਕਿਸੇ ਮਹਿਕਮੇ ਤੋਂ ਮਨਜ਼ੂਰੀ ਦੀ ਲੋੜ ਨਹੀਂ ਤਾਂ ਟੈਕਸ ਵਾਲੇ ਹਿੱਲ ਨਹੀਂ ਦਿੰਦੇ ਜੇ ਕੋਈ ਮੁੰਡਾ ਆਪਣਾ ਕੰਮ ਵੀ ਕਰਨਾ ਸ਼ੁਰੂ ਕਰਦਾ। ਸਾਡੀ ਪਾਰਟੀ ਇਹ ਮੰਨਣਾ ਹੈ ਕਿ ਜੋ ਵੀ ਮੈਨੀਫੈਸਟੋ ਪਾਰਟੀ ਬਣਾਉਂਦੀ ਹੈ ਉਹਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ ਜੀ, ਤਾਂ ਕਿ ਜਵਾਬ ਦੇ ਹੋਣ। ਚਲੋ, ਇੰਨੀ ਛੇਤੀ ਤਾਂ ਨਹੀਂ ਬਣਨਾ ਨਾ, ਲੀਗਲ ਡਾਕੂਮੈਂਟ ਇੰਨੀ ਛੇਤੀ ਨਹੀਂ ਬਣਨਾ। ਹਿੰਦੁਸਤਾਨ ਆਜ਼ਾਦ ਵੀ ਐਡੀ ਛੇਤੀ ਨਹੀਂ ਸੀ ਹੋਇਆ, ਬਾਅਦ ਹਰ ਇੱਕ ਪਾਰਟੀ ਕਰਦੀ ਹੈ, ਪਰ ਜਦੋਂ ਲਾਗੂ ਜਿਹੜੀ ਗੱਲ ਤੁਰੀ ਹੈ, ਜਿਵੇਂ ਜਿਵੇਂ ਸੁਖਪਾਲ ਖਹਿਰਾ ਪੰਜਾਬ ਦੇ ਹੱਕ ਦੀ ਗੱਲ ਕਰਦਾ, ਇਹ ਲੋਕਾਂ ਦੇ ਹੱਕ ਦੀ ਗੱਲ ਇਹ 'ਚ ਦਿਖੀ ਜਾਂ ਨਹੀਂ ਦਿਖੀ? ਹਾਂ ਨਹੀਂ, ਠੀਕ ਆ, ਕਿਸਾਨਾਂ ਵਾਲੇ ਇਹਨਾਂ ਨੇ ਕਿਹਾ ਜੇ ਅਲੱਗ ਅਸੀਂ ਬਜਟ ਦੇਵਾਂਗੇ ਜਾਂ 22 ਲੱਖ। ਸੋ ਵਿਰੋਧ, ਸਿਰਫ ਵਿਰੋਧ ਲਈ ਕਰ ਰਹੇ ਹੋ ਜਾਂ ਕਿਸੇ ਮੁੱਦੇ ਤੇ ਆਪਾਂ ਵਿਚਾਰ ਕਰੀਏ? ਕਿਸਾਨ ਬਜਟ, ਮੈਂ ਬੀਜੇਪੀ ਵਾਲਿਆਂ ਤੋਂ ਜ਼ਰੂਰ ਪੁੱਛੂੰਗਾ, ਕਿਸਾਨ ਬਜਟ ਵੱਖਰਾ ਇਹਨੂੰ ਕਿਵੇਂ ਦੇਖਦੀ ਆ ਬੀਜੇਪੀ? ਕਿਸਾਨ ਬਜਟ ਹੋਣਾ ਚਾਹੀਦਾ ਵੱਖਰਾ ਜਾਂ ਨਹੀਂ ਹੋਣਾ ਚਾਹੀਦਾ? ਕਿਸਾਨ ਬਜਟ ਵੱਖਰਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਇਹ ਤਾਂ ਚਰਚਾ ਦਾ ਵਿਸ਼ਾ ਹੈ। ਮੈਂ ਉਹੀ ਤਾਂ ਚਰਚਾ ਕਰ ਰਿਹਾ, ਕਿਸਾਨ ਨੂੰ ਉੱਪਰ ਉਠਾਉਣ ਵਾਸਤੇ, ਕਿਸਾਨ ਦੀ ਆਰਥਿਕ ਪਰਿਸਥਿਤੀ ਨੂੰ ਠੀਕ ਕਰਨ ਵਾਸਤੇ ਇੱਕ ਸਰਵੇ ਆਇਆ ਵੀ 1 ਏਕੜ ਦੇ ਵਿੱਚ ਇਨਪੁਟ ਜਿਹੜਾ ਹੈ ਉਹ 4-5 ਹਜ਼ਾਰ ਰੁਪਈਆ ਹੈ ਜੀ, ਕਈ ਜਗ੍ਹਾ ਜ਼ਿਆਦਾ ਵੀ ਹੈ। ਹਾਂ, ਕਿਤੇ ਜ਼ਿਆਦਾ ਵੀ ਹੋ ਸਕਦਾ ਹੈ।
ਛੋਟੇ ਕਿਸਾਨਾਂ ਨੂੰ ਪੈਂਪਰ ਕਰਨ ਵਾਸਤੇ, ਉਹਨਾਂ ਨੂੰ ਇਨਪੁਟ ਕਾਸਟ ਦੇਣ ਵਾਸਤੇ ਮੋਦੀ ਜੀ ਨੇ 6000 ਰੁਪਇਆ ਉਹਨਾਂ ਨੂੰ ਦੇਣਾ ਸ਼ੁਰੂ ਕੀਤਾ। ਉਹ ਤਾਂ ਛੱਡ ਦਿਓ, ਠੀਕ ਹੈ ਨਾ, ਇੱਕ ਏਕੜ ਪਿੱਛੇ 7000 ਦਾ ਤਾਂ ਖਰਚਾ ਆ ਜਾਂਦਾ, ਮੋਦੀ ਸਾਹਿਬ ਨੇ 6000 ਰੁਪਇਆ ਸਾਲ ਦਾ ਦੇਣਾ ਇਨਪੁਟ ਵਾਸਤੇ ਦਿੱਤਾ ਉਹਨਾਂ ਨੂੰ, ਇੱਕ ਫਸਲ ਇੱਕ ਜਿਹੜੀ ਬੀਜਣੀ ਆ ਉਹਨਾਂ ਨੇ। ਮੈਂ ਇੱਕ ਏਕੜ ਦੀ ਗੱਲ ਕਰਦਾ, ਹਾਂਜੀ ਹਾਂਜੀ, ਕਣਕ ਲਈ ਵੀ 7000 ਦੀ ਮੰਗ ਹੈ ਕਿ ਇੱਕ ਏਕੜ ਸਾਨੂੰ 7000 ਦਿਓ। ਜਿਹੜੀ ਤੁਸੀਂ ਗੱਲ ਕੀਤੀ ਵੀ 3 ਸਾਲ ਵਾਸਤੇ ਕੋਈ ਨਹੀਂ, ਮੈਂ ਜਿਹੜਾ ਬਜਟ ਹੈ ਕਿਸਾਨ ਬਜਟ ਵੱਖਰਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਸਵਾਗਤ ਹੈ ਜੀ ਇਹਦਾ, ਹੁਣ ਬੀਜੇਪੀ ਸਵਾਗਤ ਕਰਦਾ, ਸਵਾਗਤ ਹੈ ਸਾਡੇ ਵੱਲੋਂ। ਲੇਕਿਨ ਜਿਹੜੀ ਤੁਸੀਂ 3 ਸਾਲ ਕਾਰੋਬਾਰ ਦੀ ਗੱਲ ਕੀਤੀ ਹੈ, ਉਹ ਚ ਰਾਹੁਲ ਗਾਂਧੀ ਨੇ ਡਿਫਾਈਨ ਕੁਝ ਨਹੀਂ ਕੀਤਾ ਕਿ ਕਾਰੋਬਾਰ ਦੀ ਕ੍ਰੈਕਟੇਰੀਆ ਕੀ ਹੋਊ, ਕਿੱਦਾਂ ਦਾ ਹੋਊ। ਮੈਂ ਗੱਲ ਸਿਰਫ ਉਹੀ ਕਰ ਰਿਹਾ ਕਿ ਮੋਦੀ ਸਾਹਿਬ ਵੀ ਘੱਟੋ ਘੱਟ ਕਈ ਪੁਆਇੰਟ ਹੈ ਡਿਫਾਈਨ ਕਰ ਦੇਣ, ਮੋਦੀ ਸਾਹਿਬ ਸਾਹਮਣੇ ਆ ਕੇ ਕਹਿ ਦੇਣ ਵੀ ਮੈਂ ਇੰਨੀਆਂ ਕੁ ਨੌਕਰੀਆਂ ਦਿੱਤੀਆਂ, ਇੰਨੀਆਂ ਕੁ ਹੋਰ ਦੇਣੀਆਂ ਚਾਹੀਦੀਆਂ ਸੀ। ਮੋਦੀ ਸਾਹਿਬ ਘੱਟੋ ਘੱਟ ਆਪਣੇ ਮੂੰਹੋਂ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਹੀ ਕਰ ਲੈਣ, ਤਾਂ ਕਿ ਅਸੀਂ ਸਵਾਲ ਜਦੋਂ ਪੁੱਛੀਏ ਤੇ ਗੱਲਾਂ ਬਹੁਤ ਸਾਰੀਆਂ ਡਿਫਾਈਨ ਹੋ ਜਾਣਗੀਆਂ। ਸਾਡੇ ਬੁਲਾਰੇ ਹਰ ਵਾਰੀ ਦੱਸਦੇ ਨੇ, ਚਲੋ ਬੁਲਾਰਿਆਂ ਤੇ ਪ੍ਰਧਾਨ ਮੰਤਰੀ 'ਚ ਫਰਕ ਹੁੰਦਾ, ਔਜਲਾ ਸਾਹਿਬ ਕਿਸਾਨ ਬਜਟ ਆ ਜਿਹੜਾ ਇਹ ਕਿੱਡਾ ਕੁ ਪ੍ਰਭਾਵੀ ਹੋਊਗਾ ਮੁਲਕ 'ਚ ਜੇ ਵੱਖਰਾ ਕਿਸਾਨ ਬਜਟ। ਗੱਲ ਤੁਰ ਪਈ, ਮੈਂ ਕਹਿੰਦਾ ਬੀਜੇਪੀ ਦੀ ਸਰਕਾਰ ਆ ਜਾਏ ਜੇ ਕਿਸਾਨ ਬਜਟ ਬਣ ਜਾਏ ਫਾਇਦੇਮੰਦ ਹੈ ਜਾਂ ਨਹੀਂ? ਜਿਹੜੀ ਵਧੀਆ ਗੱਲ ਆ ਉਹਨੂੰ ਵਧੀਆ ਕਹਾਂਗੇ, ਵਧੀਆ ਗੱਲ ਹੈ ਕਿਸਾਨਾਂ ਦੇ ਬਾਰੇ ਉਹਨਾਂ ਸੋਚਿਆ ਕਿ ਅਲੱਗ ਅਸੀਂ ਬਜਟ ਦੇਵਾਂਗੇ ਔਰ ਉਹ ਕਿਸਾਨਾਂ ਦੇ ਲਈ ਜੋ ਕੰਮ ਕਰਨਾ ਵਧੀਆ ਕਰਨਗੇ, ਸਾਨੂੰ ਉਮੀਦ ਹੈ ਅੱਛਾ ਹੋਏਗਾ ਜੀ। ਹੋਣਾ ਚਾਹੀਦਾ ਕਿਸਾਨਾਂ ਦਾ ਵੱਖਰੇ ਬਜਟ ਨਾਲ ਕੀ ਫਰਕ ਪੈ ਸਕਦਾ, ਕੀ ਫਰਕ ਪੈ ਸਕਦਾ ਤੁਹਾਡੀ ਤੇ ਪਾਰਟੀ ਕਿਸਾਨਾਂ ਦੀ? ਜੋ ਕਿਸਾਨਾਂ ਦੀਆਂ ਮੰਗਾਂ ਨੇ, ਜੋ ਕਿਸਾਨਾਂ ਦੇ ਰੇਟ ਮਿਲਦੇ ਨੇ, MSP ਆਪਾਂ ਦਿੰਦੇ ਹਾਂ, ਉਹ ਸਾਰਾ ਕੁਛ ਪਤਾ ਲੱਗੂਗਾ ਕਿਸਾਨਾਂ ਨੂੰ, ਸਾਨੂੰ ਕੀ ਮਿਲਣਾ ਹੈ ਅੱਗੇ, ਕੀ ਹੋਣਾ ਜਾਂ ਕੀ ਉਹਨਾਂ ਦੇ ਖਰਚੇ ਹੈ, ਸਾਰਾ ਕੁਛ ਕਿਸਾਨਾਂ ਨੂੰ ਉਹਦੇ ਵਿੱਚ ਦੱਸਣਗੇ, ਅਲੱਗ ਅਲੱਗ ਹੋਏਗਾ ਜੀ। ਚਲੋ ਧੰਨ ਸਾਹਿਬ, ਤੁਹਾਡਾ ਵੀ ਸੰਬੰਧ ਅਕਾਲੀ ਦਲ ਦਾ ਕਿਸਾਨੀ ਨਾਲ ਬਹੁਤ ਰਿਹਾ, ਕਿਸਾਨਾਂ ਲਈ ਵੱਖਰਾ ਬਜਟ ਟਿੱਪਣੀਆਂ, ਅਕਾਲੀ ਦਲ ਤਾਂ ਸਵਾਗਤ ਕਰੂਗਾ ਕਿਉਂਕਿ ਪ੍ਰੇਮ ਸਿੰਘ ਚੰਦੂ ਮਾਜਰਾ, ਮੈਨੂੰ ਯਾਦ ਹੈ ਬਹੁਤ ਵਾਰੀ ਪਾਰਲੀਮੈਂਟ 'ਚ ਉਹਨਾਂ ਨੇ ਮੰਗ ਕੀਤੀ ਪ੍ਰੋਫੈਸਰ ਚੰਦੂ ਮਾਜਰਾ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਵਿਸ਼ੇਸ਼, ਪੂਰੇ ਮੁਲਕ ਨਾਲੋਂ ਵਿਸ਼ੇਸ਼ ਰਾਇਤ ਦਿੱਤੀ ਜਾਵੇ ਜਦੋਂ ਸਾਡੀ ਫਸਲ ਦਾ ਉਜਾੜਾ ਹੁੰਦਾ। ਚੰਦੂ ਮਾਜਰਾ ਨੇ ਚੰਗੀ ਗੱਲ ਕੀਤੀ, ਪੰਜਾਬ ਦੇ ਕਿਸਾਨਾਂ ਦੇ ਮਸਲੇ ਬੁਲੰਦ ਕੀਤੇ ਆ ਪਾਰਲੀਮੈਂਟ 'ਚ, ਪੰਜਾਬ ਦੇ ਕਿਸਾਨਾਂ ਲਈ ਵੱਖਰੇ ਮਾਪਦੰਡ ਫਸਲਾਂ ਦੇ ਉਜਾੜੇ 'ਚ ਔਰ ਫਸਲਾਂ ਦੀ ਲਾਗਤ 'ਤੇ ਇਹ ਚੰਦੂ ਮਾਜਰਾ ਨੇ ਮੰਗੇ, ਚੰਗੀ ਗੱਲ ਕੀਤੀ। ਭਗਵੰਤ ਮਾਨ ਨੇ ਵੀ ਕਵਿਤਾਵਾਂ ਸੁਣਾਈਆਂ ਮੋਦੀ 'ਤੇ, ਟਿੱਪਣੀਆਂ ਕੀਤੀਆਂ ਤਾਂ ਕਿ ਕਿਸਾਨੀ ਬਾਰੇ ਥੋੜ੍ਹਾ ਜਿਹਾ ਮੋਦੀ ਸਾਹਿਬ ਗੰਭੀਰਤਾ ਨਾਲ ਸੋਚਣ। ਹੁਣ ਅਕਾਲੀ ਦਲ ਦਾ ਸਟੈਂਡ ਕੀ ਹੋਊ? ਦਲਾ ਸਾਹਿਬ ਅਕਾਲੀ ਵੱਖਰਾ ਕਿਸਾਨ ਬਜਟ ਪੇਸ਼ ਕਰਨ ਦੀ ਸਵਾਗਤ ਕਰੋਗੇ ਕਾਂਗਰਸ ਦੇ ਇਸ ਪ੍ਰਸਤਾਵ ਦਾ? ਅਕਾਲੀ ਦਲ ਹਮੇਸ਼ਾ ਹੀ ਅਕਾਲੀ ਹੋਣ ਦੇ ਨਾਤੇ ਵਿਰੋਧ, ਨਹੀਂ ਨਹੀਂ ਨਹੀਂ, ਮੈਂ ਵਿਰੋਧ ਦੀ ਗੱਲ ਹੀ ਕਰਦਾ, ਅਕਾਲੀ ਦਲ ਤਾਂ ਹਮੇਸ਼ਾ ਕਿਸਾਨ ਪੱਖੀ ਗੱਲ ਕਰਦਾ। ਅੱਜ ਤੱਕ ਜੇ ਬਿਜਲੀ ਮਾਫ਼ ਕੀਤੀ ਕਿਸਾਨਾਂ ਨੂੰ ਤਾਂ ਅਕਾਲੀ ਸਰਕਾਰ ਨੇ ਕੀਤੀ ਆ, ਜਦ ਵੀ ਕਦੀ ਕਿਸਾਨਾਂ ਦੇ ਦਾ ਕੋਈ ਵੀ ਮਸਲਾ ਹੋ ਗਿਆ ਅਕਾਲੀ ਦਲ ਨੇ ਕਿਸਾਨਾਂ ਲਈ ਕੰਮ ਕੀਤਿਆਂ ਦਾ ਸਵਾਗਤ ਹੈ। ਅੱਜ ਜਿਹੜੀ ਨਵੀਂ ਗੱਲ, ਇਹ ਜਿਹੜੀ ਨਵੀਂ ਗੱਲ ਆ ਇਹਨੂੰ ਕਲੈਰੀਫਾਈ ਕਰਨ ਦੀ ਗੱਲ ਆ ਕਿ ਕਿਆ ਜਿਹੜਾ ਨਵਾਂ ਬਜਟ ਆ, ਜਿਸ ਤਰ੍ਹਾਂ ਜੇ ਦੇਖੋ ਗੱਲ ਸੁਣੋ, ਰੇਲਵੇ ਬਜਟ ਵੀ ਪਹਿਲਾਂ ਅਲੱਗ ਆਉਂਦਾ ਸੀ, ਹੁਣ ਉਹ ਬਜਟ ਦੇ ਵਿੱਚ ਹੀ ਇਕੱਠਾ ਹੋਣ ਲੱਗ ਗਿਆ। ਕਿਆ ਜੇ ਮਿਨਿਸਟਰੀ ਆਫ ਐਗਰੀਕਲਚਰ ਅੱਜ ਵੀ ਚੱਲ ਰਹੀ ਆ, ਐਗਰੀਕਲਚਰ ਮਿਨਿਸਟਰੀ ਜਿੰਨੇ ਵੀ ਫੈਸਲੇ ਕਰਦੀ ਆ ਉਹ ਕਿਸਾਨਾਂ ਦੇ ਲਈ ਕਰਦੀ ਹੈ ਨਾ, ਮਿਨਿਸਟਰੀ ਆਫ ਐਗਰੀਕਲਚਰ ਨੇ ਬਜਟ ਬਣਾਉਣਾ, ਉਹ ਬਜਟ ਕਿਸ ਤਰ੍ਹਾਂ ਦਾ ਬਣੂਗਾ, ਕਿਆ ਉਹਨੂੰ ਕਿਆ 10-15 ਜੀ ਟੱਬਰ ਦੇ ਇੱਕੋ ਘਰ ਦੇ ਕਿਆ ਡੱਲਾ ਸਾਹਿਬ ਉਹਨੂੰ ਕਲੈਰੀਫਾਈ ਜਿੰਨੀ ਪਲੈਨ ਚ ਭੇਜ ਦਿੰਦੇ। ਦੇਖੋ ਅੱਜ ਵੀ ਜਿਹੜਾ ਕਿਸਾਨੀ ਦੇ ਮਸਲੇ ਜਿਹੜੇ ਸੈਂਟਰ ਗਵਰਨਮੈਂਟ ਦੇ ਡਿਸਕਸ ਹੁੰਦੇ ਆ ਉਹ ਮਿਨਿਸਟਰੀ ਆਫ ਐਗਰੀਕਲਚਰ ਹੀ ਕਰਦੀ ਆ, ਕੱਲ ਨੂੰ ਜਿਹੜਾ ਬਜਟ ਬਣਾਉਣਾ ਮਿਨਿਸਟਰੀ ਆਫ ਐਗਰੀਕਲਚਰ ਬਣਾਉਣਾ, ਕਿਆ ਉਹਦੇ 'ਚ ਕੇਂਦਰ 'ਚ ਵੱਖਰਾ ਐਗਰੀਕਲਚਰ ਦਾ ਬਜਟ ਬਣਦਾ ਤੇ ਬਾਦਲ ਸਾਹਿਬ ਲਈ ਜਾਂ ਕੈਪਟਨ ਅਮਰਿੰਦਰ ਸਿੰਘ ਲਈ ਆਪਣੀ ਗੱਲ ਹੈ? ਅਗਰ ਉਹਦੇ 'ਚ ਕਿਸਾਨ ਅਸੀਂ ਸਵਾਗਤ ਤਦ ਕਰਦੇ ਹਾਂ ਜੇ ਉਹਦੇ ਵਿੱਚ ਇਹਨੂੰ ਇਲੈਬੋਰੇਟ ਕਰਨ ਕਿ ਅਸੀਂ ਕਿਸਾਨਾਂ ਦੇ ਮੁੱਦੇ ਕਿਸ ਤਰ੍ਹਾਂ ਹੱਲ ਕਰਾਂਗੇ, ਕਿਆ ਕਿਸਾਨੀ ਨੂੰ ਕੀ ਬੈਨੀਫਿਟ ਮਿਲੂਗਾ ਅਗਰ ਇਹ ਕਿਸਾਨੀ ਨੂੰ ਬੈਨੀਫਿਟ ਦਿੰਦੇ ਆ ਤੇ ਅਜੇ ਕਿਸਾਨੀ ਨੂੰ। ਮੈਂ ਇਸ ਬਜਟ ਦੀ ਏਰੀਆ ਦੀ ਮੈਨੀਫੈਸਟੋ ਦੀ ਗੱਲ ਕਰ ਰਿਹਾ ਜੀ, ਜੇ ਕਿਸਾਨੀ ਦੇ ਮੁੱਦੇ ਹੱਲ ਕਰਦੇ ਆ ਔਰ ਕਿਸਾਨਾਂ ਦੀ ਬੈਨੀਫਿਟ ਦੀ ਗੱਲ ਕਰਦੇ ਆ, ਅਕਾਲੀ ਦਲ ਇਹਨਾਂ ਦਾ ਸਵਾਗਤ ਕਰਦਾ। ਚਲੋ ਕੁਐਸਚਨ ਮਾਰਕ ਲਾਤਾ ਤੁਸੀਂ ਨਾਲ, ਵਰੁਣ ਜੀ
ਕਿਸਾਨ ਬਜਟ ਦਾ ਜਿਹੜਾ ਇਹ ਨਵਾਂ ਫਾਰਮੂਲਾ ਪੇਸ਼ ਕੀਤਾ ਗਿਆ, ਡਾਕਟਰ ਮਨਮੋਹਨ ਸਿੰਘ, ਰਾਹੁਲ ਗਾਂਧੀ, ਸੋਨੀਆ ਗਾਂਧੀ ਇਕੱਠੇ ਬੈਠੇ ਸੀ, ਤੁਹਾਡੇ ਕਾਂਗਰਸ ਦੇ ਜਿਹੜੇ ਲੀਡਰ ਨੇ, ਤੁਸੀਂ ਕੀ ਸੋਚਦੇ ਹੋ, ਤੁਹਾਡੇ ਕਿਸਾਨ ਵਿੰਗ ਦੇ ਲੀਡਰ ਕੀ ਸੋਚਦੇ? ਡੱਲਾ ਜੀ, ਇੱਕ ਲਾਈਨ ਦੇ ਵਿੱਚ ਹੀ ਇਸ ਗੱਲ ਦਾ ਨਿਪਟਾਰਾ ਵਾ ਕਿ ਪਹਿਲਾਂ ਜਿਵੇਂ ਕਿ ਰੇਲ ਬਜਟ ਦੀ ਗੱਲ ਚੱਲੀ ਕਿ ਰੇਲ ਨੂੰ ਮਰਜ ਕਰਤਾ ਰੇਲਵੇ ਬਜਟ ਜਨਰਲ ਬਜਟ ਦੇ ਵਿੱਚ, ਹੁਣ ਕਿਹੜਾ ਇਹਨਾਂ ਨੇ ਕੱਢਤੀ ਜੀ, ਹੁਣ ਕਿਹੜਾ ਮੋਦੀ ਸਾਹਿਬ ਦੀ ਡਿਕਟੇਟਰਸ਼ਿਪ ਨਹੀਂ, ਉਹ ਕੀਤਾ ਸਾਰਾ ਕੁਝ। ਅੱਜ ਮੈਂ ਜਿੱਥੇ ਕਿਸਾਨੀ ਦੇ ਬਜਟ ਦੀ ਗੱਲ ਜਿੱਥੇ ਤੱਕ ਕਰਾਂ, ਕਿਸਾਨੀ ਦੇ ਬਜਟ ਦੀ ਦੇਖੋ, ਅੱਜ ਜਦੋਂ ਕਿਸਾਨਾਂ ਦੇ ਪੱਖ ਦੀ ਜਾਂ ਕਿਸਾਨਾਂ ਦੇ ਹਿੱਤਾਂ ਦੀ ਕੋਈ ਗੱਲ ਹੋਵੇ ਕਿਸੇ ਵੀ ਪੱਖੋਂ ਕਿਸਾਨਾਂ ਨੂੰ ਵਾਧਾ ਦੇਣ ਦੀ, ਮਿਨਿਸਟਰੀ ਦੇ ਵਿੱਚ ਹੋ ਜਾਂਦਾ ਜਾਂ ਬਿਊਰੋਕਰੇਟ ਦੇ ਵਿੱਚ ਹੋ ਜਾਂਦਾ ਕਿ ਫਾਈਨਾਂਸ ਮਿਨਿਸਟਰੀ ਨਾਲ ਗੱਲ ਕਰਾਂਗੇ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਵੀ ਦੇਸ਼ ਦਾ ਜਿਹੜਾ ਇੱਕ ਵੱਧ ਤਬਕਾ ਉਹ ਕਿਸਾਨੀ ਨਾਲ ਜੁੜਿਆ ਹੋਇਆ ਤਬਕਾ ਸਾਡਾ, ਸੋ ਕਿਸਾਨਾਂ ਦੇ ਲਈ ਜਿੱਥੇ ਕਿਸਾਨ ਆਯੋਗ ਬਣੇਗਾ ਉੱਥੇ ਕਿਸਾਨਾਂ ਲਈ ਵੱਖਰਾ ਹੀ ਬਜਟ ਆਏਗਾ ਕਿ ਉਹ ਮਿਨਿਸਟਰੀ ਖੁਦ ਇਸ ਨੂੰ ਡਿਫਾਈਨ ਕਰ ਸਕੇ ਕਿ ਕਿਸ ਢੰਗ ਨਾਲ ਕਿਸਾਨ ਪਰਚੇ ਨਹੀਂ ਦਰਜ ਹੋਣਗੇ। ਜਿਹੜਾ ਕਿਸਾਨ ਕਰਜ਼ ਨਹੀਂ ਮੋੜ ਸਕੂਗਾ ਉਹਦੇ 'ਤੇ ਪਰਚਾ ਕ੍ਰਿਮੀਨਲ ਦਰਜ ਨਹੀਂ ਹੋਊਗਾ। ਘੱਟੋ ਘੱਟ ਕੁੜੀ ਦਾ ਵਿਆਹ ਕਿਸਾਨ ਜ਼ਰੂਰ ਕਰ ਲੂਗਾ, ਉਹਨੂੰ ਡਰ ਨਹੀਂ ਹੋਊਗਾ ਮੈਨੂੰ ਅੰਦਰ ਲੈ ਜਾ। ਕਿਸਾਨ ਨੂੰ ਉਸ ਕਾਬਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਿਸਾਨ ਨੂੰ ਕਰਜ਼ਾ ਲੈਣਾ ਨਾ ਪਵੇ, ਕਿਸਾਨ ਨੂੰ ਖੁਦਕੁਸ਼ੀ ਕਰਨੀ ਨਾ ਪਵੇ। ਹਜੇ ਤੱਕ ਤਾਂ ਸਾਡੇ ਦੇਸ਼ ਦੇ ਅੰਦਰ ਇਹੀ ਇੱਕ ਮੁੱਦਾ ਕਿ ਕਿਸਾਨ ਵੱਖ ਵੱਖ ਸੂਬਿਆਂ 'ਚ ਕਿੰਨੀਆਂ ਖੁਦਕੁਸ਼ੀਆਂ ਕਰ ਰਹੇ ਨੇ ਅਤੇ ਕਿੰਨੇ ਕਰਜ਼ੇ ਦੇ ਥੱਲੇ ਨੇ। ਪਹਿਲੀ ਵਾਰ ਪਹਿਲ ਹੋ ਰਹੀ ਹੈ ਕਿ ਕਿਸਾਨ ਨੂੰ ਕਰਜ਼ੇ ਅਤੇ ਖੁਦਕੁਸ਼ੀ ਤੋਂ ਮੁਕਤੀ ਦਿੱਤੀ। ਕੌਸ਼ਿਕ ਸਾਹਿਬ, ਇਹ ਜਿਹੜੀ ਗੱਲ ਰੱਖੀ ਹੈ ਕਿ ਕ੍ਰਿਮੀਨਲ ਕੇਸ ਨਹੀਂ ਕਿਸਾਨ 'ਤੇ ਦਰਜ ਹੋਊਗਾ ਜੇ ਉਹ ਕਰਜ਼ਾ ਨਹੀਂ ਮੋੜ ਸਕਦਾ, ਅਤੇ ਉਹ ਸਿਵਲ ਕੇਸ ਹੀ ਚੱਲੇਗਾ, ਕ੍ਰਿਮੀਨਲ ਕੇਸ ਨਹੀਂ ਹੋਏਗਾ। ਜਿਹੜਾ ਅਪਰਾਧੀ ਕਿਸੇ ਨੂੰ ਕਹਿ ਦੇਣਾ ਉਹ ਸੱਚਮੁੱਚ ਸਮਾਜ 'ਚੋਂ ਬਹੁਤ ਵੱਡੀ ਇੱਕ ਸਜ਼ਾ ਹੁੰਦੀ ਹੈ। ਸੋ ਕਿਸਾਨ ਨੂੰ ਉਸ ਅਪਰਾਧਿਕ ਸ਼ਬਦ ਤੋਂ ਮੁਕਤੀ ਦੇਣ ਦੀ ਯੋਜਨਾ, ਇਹਦੇ 'ਤੇ ਕੀ ਟਿੱਪਣੀ ਹੈ? ਦੇਖੋ ਜੀ, ਇਹ ਕਹਿੰਦੇ ਨੇ ਕਿ ਅਪਰਾਧਿਕ ਸ਼ਬਦ ਅੱਛੀ ਗੱਲ ਹੈ, ਬਹੁਤ ਅੱਛੀ ਅਪਰੋਚ ਹੈ, ਅਸੀਂ ਉਹਦਾ ਸਵਾਗਤ ਕਰਦੇ ਹਾਂ, ਲੇਕਿਨ ਕਿਤੇ ਨਾ ਕਿਤੇ ਮੋਦੀ ਜੀ ਕਿਸਾਨ ਨੂੰ ਕਰਜ਼ੇ ਤੋਂ ਕੱਢਣ ਦੇ ਵਾਸਤੇ ਲਗਾਤਾਰ ਕੰਮ ਕਰ ਰਹੇ ਨੇ ਕਿ 2022 ਤੱਕ ਅਸੀਂ ਚਲੋ ਲਗਾਤਾਰ ਤੋਂ 5 ਸਾਲ ਤੋਂ ਕਰ ਰਹੇ ਨੇ ਪਰ ਹਜੇ ਤੱਕ ਨਿਕਲੇ ਨਹੀਂ। ਦੇਖੋ ਜੀ, ਉਹਦੇ ਲਈ ਬੜਾ ਕੁਛ ਕੀਤਾ। ਸਰ, ਤੁਹਾਡੀ ਟਿੱਪਣੀ ਇਹਦੇ 'ਤੇ? ਦੇਖੋ ਡੱਲਾ ਜੀ, ਅਗਰ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਕਰਜ਼ਾ ਕੁਰਕੇ ਖਤਮ, ਪਰ ਉਹ ਖਤਮ ਨਹੀਂ ਹੋਈ, ਉਸੇ ਤਰ੍ਹਾਂ ਕੁਰਕੀਆਂ ਹੋ ਰਹੀਆਂ ਨੇ, ਸਾਰਾ ਕੁਛ ਉਸੇ ਤਰ੍ਹਾਂ ਹੋ ਰਿਹਾ। ਅਗਰ ਕਿਸਾਨਾਂ ਦੇ ਪੱਖ ਦੀ ਗੱਲ ਕਰਨਗੇ ਕਾਂਗਰਸ ਵਾਲੇ ਤਾਂ ਅਸੀਂ ਸਵਾਗਤ ਕਰਾਂਗੇ। ਅਸੀਂ ਚਾਹੁੰਦੇ ਹਾਂ, ਜਿਵੇਂ ਸਾਡੀ ਪਾਰਟੀ ਦਾ ਵੀ ਇੱਕ ਵਿਊ ਹੈ ਕਿ ਕਿਸਾਨਾਂ ਨੂੰ ਜਿਹੜਾ ਲੋਨ ਦੇਣਾ ਉਹ ਅੱਧੀ ਕੀਮਤ 'ਤੇ ਦਿੱਤਾ ਜਾਵੇ, ਵਿਆਜ ਘਟਾਇਆ ਜਾਵੇ, ਵਿਆਜ ਉਹਦਾ ਅੱਧਾ ਅੱਧਾ ਰੱਖਿਆ ਜਾਵੇ ਜੀ। ਸੋ ਉਹਦਾ ਕਿਸਾਨਾਂ ਨੂੰ ਫਾਇਦਾ ਹੋਊਗਾ, ਕਿਸਾਨਾਂ ਦੇ ਹਿੱਤ ਦੇ ਜਿਹੜੇ ਡਿਸੀਜ਼ਨ ਨੇ ਉਹ ਲੈ ਜਾਣ। ਮੇਰੀ ਮੰਗ ਇਹ ਹੈ ਵੀ ਕਿਸਾਨਾਂ ਨੂੰ ਜਿਹੜਾ MSP ਹੈ ਨਾ ਉਹ ਕਿਸਾਨਾਂ ਦੀ ਮੰਗ ਦੇ ਮੁਤਾਬਕ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਹੀ ਦੇ ਦੇਣ, ਅਤੇ ਮੈਨੂੰ ਲੱਗਦਾ ਫਿਰ ਕਿਸਾਨਾਂ ਨੂੰ ਲੋਨ ਕਰਜ਼ਾ ਲੈਣ ਦੀ ਲੋੜ ਹੀ ਨਹੀਂ। 7,000 ਰੁਪਇਆ ਕਹਿੰਦੇ 1 ਏਕੜ ਦੇ ਆਉਂਦਾ ਕਣਕ ਦੇ ਉੱਤੇ, ਜੇ ਮੁਕੰਮਲ ਅਸੀਂ ਖਰਚਾ ਦੇਖੀਏ ਤੇ 1675, 1775, 1875 ਕਈ ਵਾਰੀ ਪ੍ਰਾਈਵੇਟ ਬਾਜ਼ਾਰ 'ਚ 2000 ਕੁਇੰਟਲ ਕਣਕ ਵਿਕਦੀ ਹੈ। ਸੋ ਇਸ ਕਰਕੇ ਕਿਸਾਨਾਂ ਵਾਲੇ ਪਾਸੇ ਓਡੀ ਸੋਚ ਹੈ ਨਹੀਂ ਕਿਸੇ ਦੀ। ਚਲੋ ਗੱਲ ਤੁਰੀ ਹੈ, ਵੇਖਦੇ ਹਾਂ ਕੌਣ ਪੂਰੀ ਕਰਦਾ, BJP ਕਰਦੀ, ਕਾਂਗਰਸ ਕਰਦੀ ਜਾਂ ਅਕਾਲੀ ਦਲ ਵਾਲੇ ਕਰਦੇ। ਹਾਂਜੀ, ਤੁਹਾਡੀ ਜਿਹੜਾ ਕ੍ਰਿਮੀਨਲ ਕੇਸ ਹਟਾਉਣਾ ਕਿਸਾਨਾਂ ਤੋਂ? ਨਹੀਂ, ਇਹ ਤਾਂ ਬੜੀ ਅੱਛੀ ਸੋਚ ਹੈ ਜੀ। ਦੇਖੋ, ਉਹਨਾਂ ਨੇ ਜੇ ਕਰਜ਼ਾ ਲਿੱਤਾ, ਕਿਸਾਨੀ ਨੇ ਲਿੱਤਾ, ਕਿਸਾਨੀ ਦੇ ਵਿੱਚ ਜਿਹੜੇ ਲੋਸ ਹੁੰਦੇ ਆ ਉਹਨਾਂ ਦੇ ਤਾਂ ਕਿਸਾਨ ਦੀ ਜਿੰਨੀ ਵੀ ਫਸਲ ਆ ਉਹ ਹਮੇਸ਼ਾ ਰੱਬ ਭਰੋਸੇ ਹੁੰਦੀ ਆ, ਅਤੇ ਉਹਦੇ ਤੁਸੀਂ ਸਿਵਲ ਸੂਟ ਦਾ ਚਲੋ ਫਾਈਲ ਕਰਨ ਬੈਂਕ, ਕ੍ਰਿਮੀਨਲ ਸੂਟ ਤਾਂ ਕਦੀ ਕਰਨਾ ਵੀ ਨਹੀਂ ਚਾਹੀਦਾ ਸੀ। ਇੱਕ ਜਿਹੜੇ ਬੈਂਕਾਂ ਨੇ ਚੈੱਕ ਲੈਣੇ ਸ਼ੁਰੂ ਕੀਤੇ ਸੀ ਉਹਨਾਂ ਤੋਂ ਕਿਸਾਨੀ ਲੋਨ ਦੇ ਉੱਤੇ, ਉਹ ਵੀ ਗਲਤ ਸੀਗੇ। ਅਤੇ ਕਿਸਾਨ ਨੂੰ ਜੇ ਲੋਨ ਦੇਣਾ ਤਾਂ ਉਹਦੀ ਫਸਲ ਦੇ ਉੱਤੇ ਦਿੱਤਾ ਜਾਂਦਾ, ਪਰ ਫਸਲ ਰੱਬ ਭਰੋਸੇ ਆ, ਅਤੇ ਇਹਦੇ 'ਤੇ ਸਰਕਾਰ ਨੂੰ ਚੰਗੇ ਰਿਵਿਊ ਲੈਣੇ ਚਾਹੀਦੇ। ਚਲੋ, ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਗੱਲ ਕੀਤੀ ਆ, ਸਾਡੀ ਪਾਰਟੀ ਹਮੇਸ਼ਾ ਹੀ ਇਸ ਪੱਖੀ ਰਹੀ ਆ ਕਿ ਕਿਸਾਨਾਂ ਦੇ ਜਿਹੜੇ ਕ੍ਰਿਮੀਨਲ ਕੇਸ ਆ ਨਹੀਂ ਬਣਨੇ ਚਾਹੀਦੇ ਸੀ। ਜਿਹੜੀ ਇੱਕ ਵੱਡੀ ਗੱਲ ਕੀਤੀ ਹੈ ਮੋਦੀ ਸਾਹਿਬ ਨੇ,
ਉਹ ਕਹਿੰਦੇ ਜੇ ਮੇਰੀ ਸਰਕਾਰ ਆ ਗਈ ਤਾਂ ਮੈਂ ਰਫੇਲ ਸੌਦੇ ਦੀ ਜਾਂਚ ਕਰਾਂਗਾ। ਹੋਣੀ ਚਾਹੀਦੀ ਰਫੇਲ ਦੀ ਜਾਂਚ ਜਾਂ ਨਹੀਂ ਹੋਣੀ ਚਾਹੀਦੀ? ਇਹ ਰਾਹੁਲ ਜੀ ਨੇ ਕਿਹਾ, ਜੁਆਇੰਟ ਪਾਰਲੀਮੈਂਟਰੀ ਕਮੇਟੀ, ਰਾਹੁਲ ਨੇ ਕਿਹਾ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਹਦੀ ਜਾਂਚ ਕਰੂ। ਨਹੀਂ, ਉਹਨਾਂ ਦਾ ਰਾਹੁਲ ਜੀ ਨੇ ਤਾਂ ਹੋਰ ਵੀ ਮੈਨੀਫੈਸਟੋ ਦੇ ਵਿੱਚ ਇਹ ਕਿਹਾ ਕਿ ਜਿੰਨੇ ਵੀ ਪਿਛਲੇ 5 ਸਾਲਾਂ ਦੇ ਵਿੱਚ ਜੋ ਵੀ ਡਿਸੀਜਨ ਲਿੱਤੇ ਗਏ ਆ ਮੋਦੀ ਗਵਰਨਮੈਂਟ ਦੇ, ਉਹ ਅਸੀਂ ਸਾਰੇ ਹੀ ਦੁਆਰਾ ਜਿਹੜੀ ਚੈੱਕ ਕਰਾਂਗੇ। ਚਲੋ, ਤਾਂ ਸਾਰੀਆਂ ਸਰਕਾਰਾਂ ਇਹ ਮੈਨੂੰ ਐਂ ਲੱਗਦਾ ਕਿ ਜਿਸ ਤਰ੍ਹਾਂ ਨਾ ਬਾਇਸ ਹੋ ਕੇ ਇੱਕ ਗੱਲ ਕਹੀ ਗਈ ਆ ਕਿ ਜਿੱਦਾਂ ਬਈ ਜੋ ਫਰਜ਼ ਹੋਣਾ ਵੀ ਚਾਹੀਦਾ, ਜੇ ਤੁਸੀਂ ਦੇਖੋ ਗੱਲ ਸੁਣੋ, ਆਪਣੇ ਨਾਲ ਕਰਾਉਨੇ ਹੋ ਤਾਂ ਸਾਰੇ ਬਿਲਕੁਲ ਚੈੱਕ ਕਰਦੇ ਹੋ। ਦੇਖੋ ਪਾਰਲੀਮੈਂਟ ਦੇ ਵਿੱਚ ਬਜਟ ਬਿੱਲ ਪਾਸ ਹੁੰਦੇ ਆ, ਉਸ ਵੇਲੇ ਆਪੋਜੀਸ਼ਨ ਪਾਰਟੀਆਂ ਸਾਰੀਆਂ ਬੈਠੀਆਂ ਹੁੰਦੀਆਂ, ਉਹਨਾਂ ਦੀ ਸਹਿਮਤੀ ਹੁੰਦੀ ਆ ਤਦ ਬਿੱਲ ਪਾਸ ਹੁੰਦੇ ਆ। ਨਹੀਂ ਬੜੀ ਹੁੰਦੀ ਰਾਖਵੇਂ ਕਰਨ ਦਾ ਬਿੱਲ ਤੁਸੀਂ ਅਚਾਨਕ ਹੀ ਉਦੋਂ ਕੱਢ ਲਿਆਏ ਜਦੋਂ ਆਖਰੀ ਪਾਰਲੀਮੈਂਟ ਦਾ ਸੈਸ਼ਨ ਸੀ, ਪਰ ਸਾਰਿਆਂ ਨੇ ਉਹਨੂੰ ਸਰਾਇਆ। ਉਹ ਸਰਾਇਆ ਤਾਂ ਸਰਾਇਆ ਇਸ ਕਰਕੇ ਇੱਕ ਦੇਖੋ ਗੱਲ ਸੁਣੋ, ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਹਰ ਬੰਦੇ ਨੇ ਉੱਠ ਕੇ ਉਹਦੀ ਤਾਰੀਫ ਕੀਤੀ ਆ, ਬਾਹਰ ਜਾ ਕੇ ਜੋ ਮਰਜ਼ੀ ਬੋਲੀ ਚੱਲਣ। ਚਲੋ ਚਲੋ, ਉਹ ਸੱਤਾ ਦੀ ਮਜਬੂਰੀ ਹੈ, ਉਹ ਭਾਜਪਾ ਵਾਲਿਆਂ ਦੀ ਵੀ ਮਜਬੂਰੀ ਹੈ, ਅਕਾਲੀ ਦਲ ਵਾਲਿਆਂ ਦੀ ਵੀ ਮਜਬੂਰੀ ਹੈ। ਅਕਾਲੀ ਦਲ ਵਾਲੇ ਵੀ ਹਰ ਗੱਲ 'ਚ ਮੋਦੀ ਸਾਹਿਬ ਦਾ ਗੁਣਗਾਨ ਕਰਦੇ ਆ, ਮੈਨੂੰ ਵੀ ਪਤਾ ਅਕਾਲੀ ਦਲ ਦੀਆਂ ਮਜਬੂਰੀਆਂ ਕਿੰਨੀਆਂ ਨੇ, ਸਾਰੀ ਦੁਨੀਆਂ ਨੂੰ ਪਤਾ। ਚਲੋ, ਹਾਂ ਤੁਸੀਂ ਆਪਣੀ ਗੱਲ। ਸਰ, ਜੇ ਪੀ ਸੀ ਦੀ ਗੱਲ ਕੀਤੀ ਰਾਫੇਲ 'ਤੇ, ਰਾਫੇਲ ਵਾਸਤੇ ਸੁਪਰੀਮ ਕੋਰਟ ਨੇ ਕਹਿਤਾ ਇਹ 'ਚ ਕੋਈ ਹੈਂਕੀ ਫੈਂਕੀ ਨਹੀਂ ਹੈ, ਕੈਗ ਨੇ ਕਹਿਤਾ ਇਹ 'ਚ ਕੋਈ ਗੜਬੜ, ਸੁਪਰੀਮ ਕੋਰਟ ਨੇ ਹੈਂਕੀ ਫੈਂਕੀ ਸ਼ਬਦ ਨਹੀਂ ਵਰਤਿਆ। ਚਲੋ, ਇੱਕ ਜਨਰਲ ਸ਼ਬਦ ਵਰਤ ਲਿਆ ਸੀ, ਉਹਨੇ ਕਹਿਤਾ ਇਹ 'ਚ ਕੁਛ ਗੜਬੜ ਨਹੀਂ ਹੈ, ਆਪਾਂ ਇੱਥੇ ਆ ਜਾਂਦੇ, ਕੋਈ ਗੜਬੜ ਨਹੀਂ। ਗੜਬੜ ਦੀ ਗੱਲ ਨਹੀਂ ਕਹੀ ਉਹਨਾਂ ਨੇ, ਕਿਹਾ ਜਿਹੜੇ ਮੌਜੂਦਾ ਐਵੀਡੈਂਸ ਹੈ ਉਹਦੇ ਹਿਸਾਬ ਨਾਲ ਹਜੇ ਜਾਂਚ ਦੀ ਲੋੜ ਨਹੀਂ, ਤੇ ਜਿਹੜੇ ਪਾਰਲੀਮੈਂਟ ਦੀ ਮੰਗ ਹੈ, ਪਾਰਲੀਮੈਂਟ ਦੀ ਮੰਗ ਇਹ ਹੈ, ਪਾਰਲੀਮੈਂਟ ਦੀ ਮੰਗ ਹੈ ਕਿ ਜੇਪੀਸੀ ਬਣੇ। ਜੇਪੀਸੀ ਇਸ ਕਰਕੇ ਨਹੀਂ ਬੀਜੇਪੀ ਬਣਾ ਰਹੀ ਕਿ ਪ੍ਰਧਾਨ ਮੰਤਰੀ ਨੂੰ ਜੇਪੀਸੀ ਦੇ ਸਾਹਮਣੇ ਪੇਸ਼ ਹੋਣਾ ਪੈਂਦਾ, ਆਹੀ ਜਿੱਦਾਂ ਬੀਜੇਪੀ ਦੀ। ਰਾਹੁਲ ਗਾਂਧੀ ਜੀ ਨੇ ਕਹਿਤਾ ਵੀ ਜੋ ਸਾਡੀ ਸਰਕਾਰ ਹੈ, ਜਦੋਂ ਸਾਡੀ ਸਰਕਾਰ ਹੈ ਕਿ ਆਉਣੀ ਨਹੀਂ ਗੀ ਜੀ, ਕਿਉਂਕਿ ਐਤਕੀ ਐਨਡੀਏ 400 ਪਾਰ ਹੈ, ਉਹ ਇਹ ਚੀਜ਼ ਤੁਸੀਂ ਮੰਨ ਕੇ ਚੱਲੋ। ਮੰਨ ਲਈ ਮੈਂ, ਰਾਹੁਲ ਗਾਂਧੀ ਜੀ ਤਾਂ ਡੇ ਡ੍ਰੀਮਿੰਗ ਹੈ, ਕੁਛ ਨਹੀਂ ਹੋਣਾ ਹੈਗਾ, ਮੈਂ ਤੁਹਾਡਾ ਗਰੰਟੀ ਕਰਦਾ ਨਾ, ਜੇਪੀਸੀ ਬਣੀ ਰਾਹੁਲ ਗਾਂਧੀ ਜੀ ਤੋਂ ਨਾ ਕੁਛ ਹੋਣਾ, ਇਹਨਾਂ ਨੇ ਡੰਕਿਆ ਹੀ ਪੱਟੀ ਜਾਣਾ, ਕੋਈ ਫਰਕ ਨਹੀਂ ਪੈਣਾ, ਕੋਈ ਗੱਲ ਨਹੀਂ ਹੋਣੀ, ਕੁਛ ਨਹੀਂ ਹੋਣਾ। ਇਹ ਰਾਫੇਲ ਨੂੰ ਇੱਕ ਇਹਨਾਂ ਨੇ ਐਂ ਵੀ ਮੁੱਦਾ ਬਣਾਇਆ ਹੋਇਆ, 5 ਸਾਲ ਤੱਕ ਸਾਡੀ ਪਰਿਵਾਰ 'ਚ ਦੇਖੋ ਜੀ, ਇਹਨਾਂ ਦੇ ਬੁਲਾਰੇ ਤਾਂ ਕਹਿੰਦੇ ਜੇ ਫਸਟ ਜੋ ਫੈਮਿਲੀ ਆਫ ਇੰਡੀਆ ਹੈਗੀ ਜੀ, ਅਸੀਂ ਕੁਛ ਨਹੀਂ ਬਣਾਇਆ, ਇਹਨਾਂ ਦੇ ਬੁਲਾਰੇ ਕਹਿੰਦੇ ਨੇ ਜੀ, ਜਿਹੜੀ ਜੇਪੀਸੀ ਦੀ ਗੱਲ ਉਹਨਾਂ ਲਈ ਹੈ ਨਾ, ਉਹਨਾਂ ਲਈ ਹੈ, ਉਹਨਾਂ ਨੇ ਸਾਰੇ ਦੇਸ਼ ਲਈ ਕਿਹਾ ਜੀ, ਨਹੀਂ ਸਾਰੇ ਦੇਸ਼ ਨੇ, ਪੀ ਸੀ ਚਾਕੋ ਨੇ ਕਿਹਾ ਵੀ ਫਸਟ ਫੈਮਿਲੀ ਆਫ ਇੰਡੀਆ ਦੀ ਬੇਇੱਜ਼ਤੀ ਕੀਤੀ ਗਈ ਹੈ ਜੀ, ਠੀਕ ਹੈ ਨਾ ਜੀ, ਜਿਹੜੀ ਜੇਪੀਸੀ ਦੀ ਗੱਲ ਕਰਦੇ ਆ, ਡੇ ਡ੍ਰੀਮਿੰਗ ਆ, ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਸੁਪਰੀਮ ਕੋਰਟ ਨੇ ਕਿਹਾ ਤਾਂ ਤੁਹਾਡੇ ਕੌਲ ਮੁਤਾਬਕ, ਸੁਪਰੀਮ ਕੋਰਟ ਨੂੰ ਛੱਡ ਦਿਓ, ਸੁਪਰੀਮ ਕੋਰਟ ਨੂੰ ਛੱਡ ਦਿਓ, ਕੈਗ ਨੇ ਕਿਹਾ ਸੁਪਰੀਮ ਕੋਰਟ ਨੂੰ ਤਾਂ, ਸੁਪਰੀਮ ਕੋਰਟ ਨੂੰ ਤਾਂ ਪੋਲੀਟੀਕਲ ਪਾਰਟੀਆਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਵਰਤਦੀਆਂ। ਸੁਪਰੀਮ ਕੋਰਟ ਤਾਂ ਕਹਿੰਦੀ ਸੀ ਨਹਿਰ ਬਣਾਓ ਪੰਜਾਬ ਤੇ ਹਰਿਆਣੇ ਵਾਲੀ, ਉਹ ਬਣਾਈ ਬੀਜੇਪੀ ਨੇ, ਮੋਦੀ ਸਾਹਿਬ ਨੇ ਬਣਾਈ। ਸੁਪਰੀਮ ਕੋਰਟ ਨੇ ਵੀ ਕਿਹਾ ਵੀ ਦੋਨੋਂ ਸਟੇਟਾਂ, ਮੋਦੀ ਸਾਹਿਬ ਨੇ ਬਿਠਾਏ ਦੋਵੇਂ ਸਟੇਟਾਂ, ਗੱਲ ਤਾਂ ਪਾਰਲੀਮੈਂਟ ਦੀ ਹੈ ਇਸ ਵਕਤ, ਪਾਰਲੀਮੈਂਟ ਦੇ ਵਿੱਚ ਜੇਪੀਸੀ ਨਹੀਂ ਬਣਾਈ, ਸਵਾਲ ਇਹ ਸੀ ਮੋਦੀ ਸਾਹਿਬ ਜੇਪੀਸੀ ਬਣਾਉਣ ਤੋਂ ਡਰਦੇ ਰਹੇ। ਸੁਪਰੀਮ ਕੋਰਟ ਨਹੀਂ ਕਹਿਤਾ, ਸੁਪਰੀਮ ਕੋਰਟ ਜੇਪੀਸੀ ਤੇ ਦਖਲ ਹੀ ਨਹੀਂ ਦੇ ਸਕਦੀ, ਸੁਪਰੀਮ ਕੋਰਟ ਜੇਪੀਸੀ ਤੇ ਦਖਲ ਨਹੀਂ ਦੇ ਸਕਦੀ, ਪਾਰਲੀਮੈਂਟ ਦਾ ਫੇਰ ਡਿਫਰੈਂਟ ਹੈ। ਜੇਪੀਸੀ ਦੇ ਵਿੱਚ ਜਦੋਂ ਵੀ ਜੇਪੀਸੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਦੀ ਹੈ ਤੇ ਕੋਈ ਉਸ ਕਮੇਟੀ ਕੋਲੇ ਤਾਕਤ ਹੁੰਦੀ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਸੱਦ ਸਕਦੀ ਹੈ ਕਿਸੇ ਵੀ ਮਸਲੇ ਤੇ ਪੁੱਛਗਿੱਛ ਲਈ। ਔਰ ਕਾਂਗਰਸ ਸਰਕਾਰ ਵੇਲੇ ਮਨਮੋਹਨ ਸਿੰਘ ਨੇ ਜੇਪੀਸੀ ਬਣਵਾਈ ਸੀ ਤੇ ਮਨਮੋਹਨ ਸਿੰਘ ਆਪ ਪੇਸ਼ ਹੋਏ ਸੀ ਇੱਕ ਕਮੇਟੀ ਅੱਗੇ ਤੇ ਉਸ ਕਮੇਟੀ ਨੇ ਮਨਮੋਹਨ ਸਿੰਘ ਤੋਂ ਪੁੱਛਗਿੱਛ ਕੀਤੀ ਸੀ, ਅਸੀਂ ਸਾਰੇ ਜਾਣਦੇ ਹਾਂ। ਸੋ ਇਸੇ ਕਰਕੇ ਮੈਂ ਫਰਕ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਾ, ਮਨਮੋਹਨ ਸਿੰਘ ਜਿਹੜੇ ਇੱਕ ਉਹ ਅਰਥਸ਼ਾਸਤਰੀ ਸੀ ਜਿਨ੍ਹਾਂ ਤੋਂ ਬਰਾਕ ਓਬਾਮਾ ਵਰਗੇ ਅਮਰੀਕਾ ਦੇ ਪ੍ਰਧਾਨ ਮੰਤਰੀ ਵੀ ਸਲਾਹ ਲਿਆ ਕਰਦੇ ਸੀ। ਤੇ ਚਲੋ, ਮੈਂ ਜ਼ਿਆਦਾ ਗਹਿਰਾਈ 'ਚ ਇਹਦੇ 'ਚ ਨਹੀਂ ਜਾਂਦਾ, ਆਖਰਲੀ ਟਿੱਪਣੀ ਲਊਂਗਾ ਜੀ ਮੈਂ। ਕੁੱਲ ਮਿਲਾ ਕੇ ਇਲੈਕਸ਼ਨ ਮੈਨੀਫੈਸਟੋ ਨੂੰ ਕਾਂਗਰਸ ਦੇ ਨੂੰ ਕਿੱਥੇ ਦੇਖਦੇ ਹੋ? ਕੋਸ਼ਿਸ਼ ਹੈ, ਲਿਫਾਫੇਬਾਜ਼ੀ ਹੈ, ਜਿਵੇਂ ਘਰ ਘਰ 15 ਲੱਖ ਵਾਲੀ ਗੱਲ ਸੀ, 2 ਕਰੋੜ ਨੌਕਰੀਆਂ ਵਾਲੀ ਗੱਲ ਸੀ, ਜੇ ਲਿਫਾਫੇਬਾਜ਼ੀ ਹੈ ਤਾਂ ਕਿਸ ਪੱਧਰ ਦੀ ਹੈ? ਨਹੀਂ, ਲਿਫਾਫੇਬਾਜ਼ੀ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਜੇ ਅਗਰ ਜਦੋਂ ਲਾਗੂ ਹੋਏਗਾ ਉਦੋਂ ਪਤਾ ਲੱਗ ਜਾਵੇ ਕਿੰਨਾ ਕੁ ਲਾਗੂ ਕਰਦੇ ਆ। ਇਹ ਜਿਹੜੇ ਇਹਨਾਂ ਨੇ ਮੁੱਦੇ ਉਠਾਏ ਆ ਤਾਂ ਵਧੀਆ ਨੇ, ਜਿਹੜੇ 22 ਲੱਖ ਦੇ ਨੌਕਰੀਆਂ ਦੀ ਗੱਲ ਕੀਤੀ ਹੈ ਜਾਂ ਦੂਸਰੇ ਕਿਸਾਨੀ ਦੀ ਗੱਲ ਕੀਤੀ ਹੈ, ਸਾਰੇ ਮਤਲਬ ਵਧੀਆ ਮੁੱਦੇ ਆ, ਪਰ ਜਦੋਂ ਲਾਗੂ ਹੋਣ ਜਦੋਂ ਲਾਗੂ ਕਿੰਨਾ ਕੁ ਲਾਗੂ ਕਿੰਨੇ ਕੁ ਲਾਗੂ ਹੁੰਦੇ? ਹਾਂਜੀ,
ਨਟਸ਼ਲ ਚ ਇਲੈਕਸ਼ਨ ਮੈਨੀਫੈਸਟੋ ਕਾਂਗਰਸ ਦਾ ਮੁੱਢੋ ਰੱਦ ਕਰਦੇ ਹੋ ਜਾਂ ਮਾੜੀ ਮੋਟੀ ਕੋਈ ਗੱਲ ਸੁਣਨ ਵਾਲੀ ਹੈ? ਬਿਲਕੁਲ ਲੋਕ ਲੁਭਾਵਨ ਹੈ, ਲੇਕਿਨ ਜਿਹੜੇ ਐਕਸਪਰਟਸ ਦੀ ਰਾਏ ਇਹਦੇ ਤੇ ਉਹਦੇ ਮੁਤਾਬਕ ਇਹ ਮੈਨੀਫੈਸਟੋ 1% ਵੀ ਲਾਗੂ ਨਹੀਂ ਹੋ ਸਕਦਾ। ਐਕਸਪਰਟ ਦੀ ਰਾਏ ਇਹ ਵੀ ਹੈ ਵੀ ਡਾਲਰ 70 ਰੁਪਏ ਪਹੁੰਚ ਗਿਆ, ਨਹੀਂ ਪਹੁੰਚਣਾ ਚਾਹੀਦਾ ਸੀ। ਸੈਂਸੈਕਸ ਵੀ 3000 ਹੋ ਗਿਆ, ਸੈਂਸੈਕਸ ਛੱਡੋ, ਡਾਲਰ ਦਾ ਜ਼ਿਆਦਾ ਮੈਟਰ ਕਰਦਾ। ਵਰੁਣ ਜੀ ਤੁਹਾਡੀ ਆਖਰੀ ਟਿੱਪਣੀ, ਲਾਗੂ ਕਰ ਲਓ ਕਾਂਗਰਸ, ਕਿਉਂਕਿ ਸਵਾਲ ਇਹ ਖੜੇ ਹੋ ਜਾਂਦੇ ਨੇ, ਵੈਸੇ ਤੁਸੀਂ ਨਾਮ ਰੱਖਿਆ ਹਮ ਨਿਭਾਏਂਗੇ, ਕਿੰਨਾ ਵੀ ਨਿਭਾਏਂਗੇ। ਇੱਕੋ ਲਾਈਨ 'ਚ ਜੀ ਕਿ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਬਹੁਤ ਵਧੀਆ ਔਰ ਇੰਪਲੀਮੈਂਟ ਹੋਏਗਾ। ਇੱਕ ਲਾਸਟ ਗੱਲ ਕਹਿਣਾ ਚਾਹੁੰਦਾ ਕਿ 5 ਸਾਲ ਮੋਦੀ ਜੀ ਦੇ ਕੋਲ ਦੇਸ਼ ਲਈ ਕੀਤਾ ਹੋਇਆ ਕੋਈ ਐਸਾ ਕੰਮ ਨਹੀਂ ਸੀ ਕਿ ਮੀਡੀਆ ਨੂੰ ਚੌਥਾ ਸਤੰਭ ਕਹਿੰਦੇ ਆ। 5 ਸਾਲ ਦੀ ਸਰਕਾਰ 'ਚ ਤੁਸੀਂ 50 ਤੋਂ ਵੱਧ ਦੇਸ਼ਾਂ ਦੀ ਤਾਂ ਯਾਤਰਾ ਕਰ ਲਈ, ਆਪਣੇ ਦੇਸ਼ ਦੀ ਮੀਡੀਆ ਨਾਲ ਇੱਕ ਵਾਰ ਤੁਸੀਂ ਗੱਲ ਨਹੀਂ ਕਰ ਸਕੇ, ਕਿਉਂਕਿ ਤੁਸੀਂ ਲੋਕਾਂ ਕੋਲ ਕਿਹੜਾ ਮੂੰਹ ਲੈ ਕੇ ਜਾਓਗੇ? ਤੁਸੀਂ ਪ੍ਰੈਸ ਕੋਈ ਨਹੀਂ ਜਾ ਸਕੇ। ਜਦਕਿ ਡਾਕਟਰ ਮਨਮੋਹਨ ਸਿੰਘ ਨੇ 10 ਸਾਲ ਦੀ ਸਰਕਾਰ ਦੇ ਵਿੱਚ ਜਿੰਨੀ ਵਾਰ ਵੀ ਪ੍ਰੈਸ ਕਾਨਫਰੰਸ ਕੀਤੀ, ਪ੍ਰਧਾਨ ਮੰਤਰੀ ਨੇ 1-1 ਮੀਡੀਆ ਵਾਲੇ ਦੀ ਗੱਲ ਦਾ ਜਵਾਬ ਦਿੱਤਾ। ਅੱਜ ਕਾਂਗਰਸ ਪ੍ਰੈਜ਼ੀਡੈਂਟ ਹੈ, ਹਰ ਸੂਬੇ 'ਚ ਜਾ ਕੇ ਪ੍ਰੈਸ ਨਾਲ ਵੀ ਅਤੇ ਆਮ ਲੋਕਾਂ ਨਾਲ ਵੀ ਰਾਬਤਾ ਕਾਇਮ ਕਰ ਰਹੇ ਆ। ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ 5 ਸਾਲ 'ਚ ਇੱਕ ਵਾਰ ਵੀ ਟਾਈਮ ਨਹੀਂ ਲੱਗਿਆ ਕਿ ਸਿੱਧਾ ਸਵਾਲ ਜਵਾਬ ਕਰਦੇ? ਮਨ ਕੀ ਬਾਤ 'ਚ ਤੁਸੀਂ ਉੱਥੇ ਆ ਕੇ ਬੋਲਦੇ ਹੋ ਜਿੱਥੇ ਸਾਹਮਣੇ ਕਿਸੇ ਦੂਜੇ ਦੀ ਗੱਲ ਨਹੀਂ ਸੁਣ ਸਕਦੇ, ਆਪਣੀ ਗੱਲ ਕਹਿੰਦੇ ਹੋ ਅਤੇ ਰੇਡੀਓ ਬੰਦ। ਇਹ ਤਾਂ ਸਵਾਲ ਮੋਦੀ ਸਾਹਿਬ 'ਤੇ ਖੜਾ ਹੁੰਦਾ ਕਿ ਉਹ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ? ਇਹ ਸਵਾਲ ਜ਼ਰੂਰ ਖੜਾ ਹੁੰਦਾ ਐਡੇ ਮਹਾਨ ਪ੍ਰਧਾਨ ਮੰਤਰੀ ਨੇ ਬੀਜੇਪੀ ਦੇ, ਸੋ ਜ਼ਰੂਰ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਪੱਤਰਕਾਰਾਂ ਦੇ। ਆਖਰੀ ਟਿੱਪਣੀ ਜੀ, ਕੁੱਲ ਮਿਲਾ ਕੇ ਅਕਾਲੀ ਦਲ ਨੂੰ ਕੋਈ ਚੀਜ਼ ਪਸੰਦ ਆਈ ਇਹਨਾਂ 54-55 ਕਾਗਜ਼ਾਂ 'ਚ? ਲੱਲਾ ਜੀ, ਪੁਰਾਣੀ ਸ਼ਰਾਬ ਨਵੀਂ ਬੋਤਲ 'ਚ ਪਾ ਕੇ ਪੇਸ਼ ਕਰ ਦਿੱਤੀ ਗਈ ਆ, ਬੋਤਲ ਦਾ ਰੰਗ ਲੁਹਾਵਣਾ ਕਰ ਦਿੱਤਾ, ਹੁਣ ਉਹ ਸ਼ਰਾਬ ਕਿੰਨਾ ਕੁ ਨਸ਼ਾ ਲੋਕਾਂ ਦੇ ਕਰੂਗੀ ਜਿਸ ਵੇਲੇ ਦੇਖਣਾ। ਵੈਸੇ ਪੁਰਾਣੇ ਲੋਕ ਕਹਿੰਦੇ ਨੇ ਕਿ ਜਿਹੜੇ ਸ਼ਰਾਬ ਨਹੀਂ ਪੀਂਦੇ ਕਹਿੰਦੇ ਸਾਨੂੰ ਖਾਲੀ ਬੋਤਲ ਦੇ ਦਿਓ, ਅਸੀਂ ਉਹਦੇ ਨਾਲ ਹੀ ਸਾਰ ਲਾਂਗੇ, ਉਹ ਵੀ 5-7 ਰੁਪਏ ਦੀ ਵਿਕ ਜਾਂਦੀ ਹੈ, ਕਿਸੇ ਦਾ ਜ਼ਰੂਰ ਮਾਸਾ ਮੋਟਾ ਉਹਦੇ ਨਾਲ ਵੀ ਫਾਇਦਾ ਹੋ ਜਾਂਦਾ। ਖੈਰ, ਸਾਰਿਆਂ ਨੇ ਆਪਣੀ ਆਪਣੀ ਗੱਲ ਰੱਖੀ ਕਾਂਗਰਸ ਦੇ ਇਲੈਕਸ਼ਨ ਮੈਨੀਫੈਸਟੋ 'ਤੇ, ਸਵਾਲ ਫਿਰ ਉਹੀ ਵੱਡਾ। ਪੋਲੀਟੀਕਲ ਪਾਰਟੀਆਂ ਗੱਲਾਂ ਬਹੁਤ ਚੰਗੀਆਂ ਕਰਦੀਆਂ ਨੇ, ਪਰ ਕੀ ਹਕੀਕਤ ਦੇ ਵਿੱਚ ਅਮਲ ਹੋਏਗਾ? ਸਵਾਲ ਹੁਣ ਵੀ ਇਹ ਵੱਡਾ ਖੜਾ, ਮੋਦੀ ਸਾਹਿਬ ਵਾਲੇ ਮੈਨੀਫੈਸਟੋ 'ਤੇ ਵੀ ਔਰ ਇਸ ਮੈਨੀਫੈਸਟੋ 'ਤੇ ਵੀ, ਕਿ ਮੋਦੀ ਸਾਹਿਬ ਦਾ ਇਲੈਕਸ਼ਨ ਮੈਨੀਫੈਸਟੋ ਲਾਗੂ ਹੋਇਆ, ਕਿ ਭਾਜਪਾ ਦਾ ਇਲੈਕਸ਼ਨ ਮੈਨੀਫੈਸਟੋ ਲਾਗੂ ਹੋਇਆ, ਹੁਣ ਕਾਂਗਰਸ ਦਾ ਆ ਗਿਆ, ਕੀ ਇਹ ਲਾਗੂ ਹੋਊਗਾ? ਵੈਸੇ ਹਜੇ ਬੀਜੇਪੀ ਦਾ ਮੈਨੀਫੈਸਟੋ ਵੀ ਆਉਣਾ ਅਤੇ ਪੰਜਾਬ 'ਚ ਅਕਾਲੀ ਭਾਜਪਾ ਵਾਲਿਆਂ ਨੇ ਵੀ ਆਪਣਾ ਮੈਨੀਫੈਸਟੋ ਰਿਲੀਜ਼ ਕਰਨਾ, ਸੋ ਉਹਨਾਂ 'ਤੇ ਵੀ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ।